ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਤੇ ਮੰਚ ਤੋਂ ਦਰਸ਼ਕੋ ਬਹੁਤ ਹੀ ਮੰਦਭਾਗੀ ਘਟਨਾ ਅੱਜ ਵਾਪਰੀ ਮੇਰੇ ਆਪਦੇ ਸ਼ਹਿਰ ਸੈਨ ਹੋਜ਼ੇ ਦੇ ਵਿੱਚ ਅੱਜ ਬਹੁਤ ਖਬਰਾਂ ਹੋਰ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ ਪਰ ਮੰਦਭਾਗੀ ਘਟਨਾ ਅੱਜ ਸ਼ੂਟਿੰਗ ਸੈਨ ਹੋਜ਼ੇ ਦੇ ਵਿੱਚ ਅਰਲੀ ਮਾਰਨਿੰਗ ਹੋਈ ਤੇ 9 ਪ੍ਰਾਣੀ ਜਿਹੜੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ VTA ਜਿਹੜੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ ਉਹਦੇ ਵਿੱਚ ਉਹਨਾਂ ਦੇ ਯਾਰਡ ਦੇ ਵਿੱਚ ਸ਼ੂਟਿੰਗ ਹੋਈ ਅੱਜ ਤੇ ਜਿਹੜਾ ਸ਼ੂਟਰ ਸਮੇਤ 9 ਬੰਦੇ ਸਾਨੂੰ ਛੱਡ ਕੇ ਚਲ ਗਏ ਸੀ ਸ਼ਰਧਾਂਜਲੀ ਭੇਟ ਕਰਦੇ ਹਾਂ ਜਸ ਪੰਜਾਬੀ ਦੇ ਮੰਚ ਤੋਂ ਤੇ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਇਦਾਂ ਦਾ ਕੋਈ ਵਰਤਾਰਾ ਅੱਗੇ ਤੋਂ ਨਾ ਵਾਪਰੇ ਦਰਸ਼ਕੋ ਉਸ ਦੇ ਵਿੱਚ ਆਪਣਾ ਇੱਕ ਦਸਤਾਰਧਾਰੀ ਸਿੰਘ ਨੌਜਵਾਨ ਮੁੰਡਾ ਤਪਨਦੀਪ ਸਿੰਘ ਵੀ ਆਪਾਂ ਨੂੰ ਛੱਡ ਕੇ ਚਲਾ ਗਿਆ ਜਿਹੜਾ ਉਹਦੇ ਵਿੱਚ ਸੀਗਾ ਸਾਡੇ ਕੋਲ ਬਹੁਤ ਸੋਹਣੀ ਉਹਦੀ ਪਿਕਚਰ ਹੈਗੀ ਆ ਪਰ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਉਹਨਾਂ ਦੇ ਘਰਦਿਆਂ ਦੀ ਦਿਖਾਉਣ ਵਾਸਤੇ ਸੋ ਇਸ ਕਰਕੇ ਅਸੀਂ ਨਹੀਂ ਦਿਖਾ ਰਹੇ ਬਹੁਤ ਦੁੱਖ ਹੋਇਆ ਔਰ ਇਹ ਵੀ ਪਤਾ ਲੱਗਿਆ ਕਿ ਉਹ ਬੰਦਾ ਜਿਹੜਾ ਬੱਚਾ 2 ਬੱਚਿਆਂ ਦਾ ਬਾਪ ਸੀ ਪਰਮਾਤਮਾ ਉਹਨੂੰ ਹੁਣ ਆਪਦੇ ਕੋਲ ਰੱਖੇ ਅਤੇ ਪਿੱਛੇ ਭਾਣਾ ਮੰਨਣ ਦਾ ਜੋ ਹੈ ਬਲ ਬਖਸ਼ੇ ਅਗੇਨ ਦਰਸ਼ਕੋ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਦਰਸ਼ਕੋ ਹੋਰ ਬਹੁਤ ਸਾਡੇ ਕੋਲ ਖਬਰਾਂ ਨੇ ਕਿਸਾਨ ਮੋਰਚੇ ਦੇ 6 ਮਹੀਨੇ ਪੂਰੇ ਹੋਏ ਉਹਨਾਂ ਨੇ ਬਲੈਕ ਡੇ ਯਾਨੀ ਕਿ ਕਾਲਾ ਦਿਵਸ ਮਨਾਇਆ ਬਹੁਤ ਹੀ ਭਰਮਾ ਹੁੰਗਾਰਾ ਮਿਲਿਆ ਉਹਨਾਂ ਨੂੰ ਅਤੇ ਉੱਥੇ ਹੀ ਮੋਦੀ ਸਰਕਾਰ ਨੇ 7 ਸਾਲ ਪੂਰੇ ਕਰ ਲਏ ਅੱਜ ਆਪਦੀ ਵਜ਼ਾਰਤ ਦੇ ਆਪਦੀ ਗੌਰਮੈਂਟ ਦੇ ਇਹ ਮਤਲਬ ਕਿ ਪਿਛਲਾ ਟਰਨਓਵਰ ਰੁੜਾ ਕੇ ਉਸ ਤੋਂ ਬਾਅਦ ਦਰਸ਼ਕੋ ਬਹੁਤ ਖਬਰਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ ਪਰ ਸਾਰੇ ਤੋਂ ਜ਼ਿਆਦਾ ਵਧੀਆ ਜਿਹੜੀਆਂ ਜ਼ਿਆਦਾ ਧਿਆਨ ਮੰਗਦੀਆਂ ਹੋਈਆਂ ਡਾਕਟਰ ਅਤੇ ਨਰਸਿਸ ਟੋਟਲ ਆਂਕੜਾ ਜਿਹੜਾ 1800 ਤੋਂ ਉੱਪਰ ਪਾਰ ਕਰ ਗਿਆ ਜਿਹੜਾ ਇੰਡੀਆ ਦੀ ਗੱਲ ਕਰੀਏ ਤਾਂ ਜੇ ਇੰਡੀਆ ਦੀ ਗੱਲ ਕਰੀਏ ਟੋਟਲ 1800 ਤੋਂ ਡਾਕਟਰ ਅਤੇ ਨਰਸਿਸ ਦਾ ਰਲਾ ਕੇ ਜਿਹੜੇ ਆਪਦੀ ਡਿਊਟੀ ਨਿਭਾਉਂਦੇ ਹੋਏ ਔਨ ਦੀ ਲਾਈਨ ਆਫ ਡਿਊਟੀ ਆਪਦੀ ਜਾਨ ਨਿਛਾਵਰ ਕਰ ਗਏ ਨੇ ਉਹਨਾਂ ਨੂੰ ਕੀ ਕੰਪਨਸੇਟ ਕੀਤਾ ਜਾਏਗਾ ਕੀ ਹੋਏਗਾ ਇਹ ਤਾਂ ਉਹਨਾਂ ਵਾਲਾ ਵਕਤ ਦੱਸੇਗਾ ਪਰ ਉਸਦੇ ਕਰੋਨਾ ਮਹਾਂਮਾਰੀ ਦੇ ਨਾਲ ਹੀ ਇੱਕ ਹੋਰ ਵੱਡੀ ਮਹਾਂਮਾਰੀ ਜੁੜ ਗਈ ਹੈ ਬਲੈਕ ਫੰਗਸ ਉਸ ਤੋਂ ਬਾਅਦ ਵਾਈਟ ਫੰਗਸ ਬਲੈਕ ਫੰਗਸ ਤਾਂ ਜਿੱਦਾਂ ਮੈਂ ਤੁਹਾਨੂੰ ਲਾਸਟ ਵੀਕ ਵੀ ਦੱਸਿਆ ਸੀ ਕਿ ਰਾਜਸਥਾਨ ਸਰਕਾਰ ਅਤੇ ਹੋਰ ਕਈ ਸੂਬਿਆਂ ਦੀ ਸਰਕਾਰਾਂ ਨੇ ਮਹਾਂਮਾਰੀ ਐਲਾਨ ਦਿੱਤੀ ਹੈ ਪਰ ਹਾਲਾਤ ਇੰਨੇ ਬਦਤਰ ਬਣੇ ਹੋਏ ਕਿ ਉਸਨੂੰ ਫਾਈਟ ਕਰਨ ਦੇ ਇਨਫ ਰਿਸੋਰਸਿਸ ਨਹੀਂ ਹੈ ਹੋਰ ਸਾਰੀਆਂ ਗੱਲਾਂ ਨੇ ਜਿੱਦਾਂ ਬੱਚਿਆਂ ਦੇ ਕੁਪੋਸ਼ਣ ਦੀ ਗੱਲ ਕਰੀਏ ਨਾਰੀ ਅਤੇ ਉੱਤੇ ਅੱਤਿਆਚਾਰ ਦੀ ਗੱਲ ਕਰ ਲਈਏ ਮੈਂ ਇਹ ਗੱਲਾਂ ਤਾਂ ਕਰ ਰਿਹਾ ਕਿਉਂਕਿ ਇਸ ਚੀਜ਼ ਦੇ ਸਪੈਸ਼ਲਿਸਟ ਸਾਡੇ ਨਾਲ ਮੁਅੱਜ਼ਜ਼ ਮਹਿਮਾਨ ਪਟਿਆਲਾ ਤੋਂ ਬਣੇ ਹੋਏ ਨੇ ਉਹ ਕਿਸੇ ਤਾਰੂਫ ਦੇ ਮੁਹਤਾਜ ਤਾਂ ਨਹੀਂ ਹੈ ਪਰ ਫਿਰ ਵੀ ਦੱਸਦਾ ਕਿ ਨੈਸ਼ਨਲ ਦੂਰਦਰਸ਼ਨ ਵੱਲੋਂ ਉਹਨਾਂ ਨੂੰ ਸਟੀਲ ਵੂਮੈਨ ਆਫ ਇੰਡੀਆ ਦਾ ਅਵਾਰਡ ਵੀ ਦਿੱਤਾ ਜਾ ਚੁੱਕਿਆ ਹੈ ਸਿੱਖ ਸਕਾਲਰ ਸਰਦਾਰ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ ਬੇਟੀ ਨੇ ਉਹ ਅਤੇ ਉਸ ਤੋਂ ਬਾਅਦ ਉਹ ਸੋਸ਼ਲ ਐਕਟੀਵਿਸਟ ਅਤੇ ਪ੍ਰਸਿੱਧ ਜਿਹੜੇ ਹੈਗੇ ਆ ਉਹ ਪੀਡੀਆਟ੍ਰੀਸ਼ੀਅਨ ਡਾਕਟਰ ਹਰਸ਼ਿੰਦਰ ਕੌਰ ਆਪਣੇ ਨਾਲ ਜੁੜੇ ਹੋਏ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਕੁਐਸਚਨਾਂ ਦਾ ਜਿਹੜਾ ਹੈਗਾ ਸਿਲਸਿਲਾ ਜਾਰੀ ਰੱਖਾਂਗੇ ਸਵਾਗਤ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਬਹੁਤ ਧੰਨਵਾਦ ਪਹਿਲਾਂ ਜਸ ਟੀਵੀ ਦਾ ਫਿਰ ਗੁਰਲਾਲ ਵੀਰ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਜਿਹੜੇ ਸਮਾਂ ਕੱਢ ਕੇ ਅੱਜ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਜੀ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਜਿਹੜਾ ਤੁਸੀਂ ਟਾਈਮ ਕੱਢਿਆ ਇੰਨੇ ਰੁਝੇਵਿਆਂ ਤੋਂ ਔਰ ਮੈਨੂੰ ਪਤਾ ਤੁਸੀਂ ਰਾਤ ਦੀ ਜੌਬ ਕਰਦੇ ਹੋ ਔਰ ਹਾਲੇ ਵੀ ਹੋਸਪਿਟਲ 'ਚ ਬੈਠੇ ਹੋ ਡਾਕਟਰ ਸਾਹਿਬ ਪਹਿਲਾਂ ਤਾਂ ਸਲਿਊਟ ਹੈ ਜੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਡਾਕਟਰਸ ਨੂੰ ਨਰਸਿਸ ਨੂੰ ਜਿੰਨੇ ਵੀ ਤੁਹਾਡੇ ਕਰਮਚਾਰੀਆਂ ਨਾਲ ਸਾਰਿਆਂ ਨੂੰ ਔਰ ਮੇਰਾ ਬਹੁਤ ਬਹੁਤ ਅਫਸੋਸ ਜਿਹੜੇ ਤੁਹਾਡੇ ਸਾਥੀ ਤੁਹਾਨੂੰ ਥਰੂ ਆਊਟ ਇੰਡੀਆ ਥਰੂ ਆਊਟ ਵਰਲਡ ਇਸ ਮਹਾਂਮਾਰੀ 'ਚ ਆਪਦੀ ਡਿਊਟੀ ਨਿਭਾਉਂਦੇ ਹੋਏ ਇੱਥੋਂ ਚਲੇ ਗਏ ਸਲਿਊਟ 'ਤੇ ਬਹੁਤ ਬਹੁਤ ਅਫਸੋਸ ਆਪਾਂ ਸੀਨੀਅਰ ਡਾਕਟਰਸ ਦੀ ਗੱਲ ਕਰੀਏ ਤਾਂ ਡਾਕਟਰ KK ਅਗਰਵਾਲ ਅਤੇ ਉਸ ਤੋਂ ਬਾਅਦ ਤੁਹਾਡਾ ਆਪਦਾ ਸਾਥੀ ਬੱਚਾ ਔਰ ਮੇਰਾ ਵੀ ਬਹੁਤ ਅੱਛਾ ਫਰੈਂਡ ਸੀ ਮੁੰਡਾ ਬੰਗੇ ਤੋਂ ਰਾਜਨ ਮੁੰਡਾ ਜਿਹੜਾ ਰਾਜਨ ਸਿੰਗਲਾ ਜਿਹੜਾ ਛੱਡ ਕੇ ਚਲਾ ਗਿਆ ਬਹੁਤ ਬਹੁਤ ਅਫਸੋਸ ਪਰਮਾਤਮਾ ਉਹਨਾਂ ਨੂੰ ਆਪਦੇ ਕੋਲ ਰੱਖੇ ਅਤੇ ਪਿੱਛੇ ਘਰਦਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਡਾਕਟਰ ਸਾਹਿਬ ਮੇਰਾ ਕੁਐਸਚਨ ਇਹ ਹੈ ਮਹਾਂਮਾਰੀ ਨਾਲ ਤਾਂ ਆਪਾਂ ਝੇਲ ਹੀ ਰਹੇ ਮਹਾਂਮਾਰੀ ਤਾਂ ਆਪਣੇ ਕੋਲ ਚੱਲ ਹੀ ਰਹੀ ਸੀ ਜਿਹੜੀ ਸੀ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੀ ਬਲੈਕ ਫੰਗਸ ਆ ਇਹ ਕੀ ਚੀਜ਼ ਹੈ ਜੀ ਔਰ ਕੀ ਇਹ ਕਨੈਕਟਡ ਹੈ ਕਰੋਨਾ ਨਾਲ ਜੀ ਬਹੁਤ ਵਾਜਬ ਸਵਾਲ ਪੁੱਛਿਆ ਪਹਿਲੀ ਚੀਜ਼ ਤਾਂ ਤੁਸੀਂ ਸ਼ਾਇਦ ਅਚਾਰ ਦੇਖਿਆ ਹੋਏਗਾ ਤੇ ਜੇ ਅਚਾਰ ਵਿੱਚ ਕਦੇ ਉੱਲੀ ਲੱਗੀ ਵੇਖੀ ਹੋਏ ਤਾਂ ਉਸੇ ਨੂੰ ਹੀ ਅਸੀਂ ਫੰਗਸ ਕਹਿੰਦੇ ਹਾਂ
जी ਹੁਣ ਇਸ ਖਾਸ ਤੌਰ ਤੇ ਜੋ ਮਿਊਕਰ ਮਾਈਕੋਸਿਸ ਜਾਂ ਕਾਲੀ ਫੰਗਸ ਹੈ ਇਸ ਨੂੰ ਇੱਕ ਤਰੀਕੇ ਜ਼ੋਂਬੀ ਡਿਜ਼ੀਜ਼ ਵੀ ਕਹੀ ਜਾਂਦੀ ਹੈ ਕਿਉਂਕਿ ਇਹ ਕੁਝ ਬਾਕੀਆਂ ਤੋਂ ਵੱਖ ਜਿਸ ਕਰਕੇ ਇਹਨੂੰ ਬਲੈਕ ਡੈਥ ਦਾ ਨਾਮ ਵੀ ਦਿੱਤਾ ਗਿਆ ਸੀ ਓਕੇ ਕਾਰਨ ਇਹ ਕਿ ਇਹ ਆਮ ਤੌਰ ਤੇ ਜਿਹੜੀ ਬਹੁਤੀ ਦੇਰ ਪੁਰਾਣੀ ਚੀਜ਼ ਪਈ ਰਵੇ ਜਿਹਨੂੰ ਛੇੜਿਆ ਨਾ ਗਿਆ ਹੋਵੇ ਮਿਸਾਲ ਵਜੋਂ ਕਿ ਅਚਾਰ ਪਿਆ ਜਿਵੇਂ ਮੈਂ ਦੱਸਿਆ ਫ੍ਰਿਜ ਵਿੱਚ ਕੋਈ ਚੀਜ਼ ਨੰਗੀ ਪਈ ਜਿਹਨੂੰ ਤੁਸੀਂ ਨਹੀਂ ਬਹੁਤੀ ਦੇਰ ਛੇੜਿਆ ਇਸੇ ਤਰ੍ਹਾਂ ਹੀ ਕੋਈ ਜਿਹੜੀ ਅਜਿਹੀ ਡਿਕੇਇੰਗ ਚੀਜ਼ ਹੋਵੇ ਯਾਨੀ ਜਿਹੜਾ ਕੋਈ ਆਰਗੈਨਿਕ ਮੈਟਰ ਪਿਆ ਜਿਹੜਾ ਗਲ ਰਿਹਾ ਸੜ ਰਿਹਾ ਕੋਈ ਸਰੀਰ ਹੀ ਪਿਆ ਮੁਰਦਾ ਉਹਦੇ ਵਿੱਚ ਵੀ ਇਹ ਆਪਣੇ ਆਪ ਇਹ ਫੰਗਸ ਆ ਜਾਂਦੀ ਹੈ ਉੱਗ ਜਾਂਦੀ ਹੈ ਤੇ ਜਿਹਨੂੰ ਕਿ ਕਾਲੇ ਕਾਲੇ ਰੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਇਸ ਥਾਂ ਤੇ ਵੇਖੇ ਕਾਲਾ ਥਾਂ ਜਾਂ ਇਸ ਹੇਠਲੀ ਥਾਂ ਤੇ ਕਾਲਾ ਹੋ ਜਾਵੇ ਇੱਦਾਂ ਜਾਂ ਸੋਜਿਸ਼ ਹੋ ਜਾਵੇ ਅੱਖਾਂ ਦੁਆਲੇ ਜਾਂ ਮੂੰਹ ਤੇ ਜੀ ਜਾਂ ਤੁਹਾਡੇ ਨੱਕ ਚੋਂ ਡਿਸਚਾਰਜ ਆਣ ਲੱਗ ਜੇ ਇਸ ਤਰੀਕੇ ਦੀਆਂ ਚੀਜ਼ਾਂ ਵੀ ਨੱਕ ਚੋਂ ਲਹੂ ਵਗਣਾ ਸ਼ੁਰੂ ਹੋ ਜਾਵੇ ਜਾਂ ਗ੍ਰੀਨ ਕਲਰ ਜਾਂ ਬਲੈਕ ਕਲਰ ਦਾ ਡਿਸਚਾਰਜ ਹੋਏ ਜਾਂ ਫਿਰ ਤੁਹਾਡੀ ਲਾਲ ਅੱਖ ਹੋ ਜਾਵੇ ਦਿਸਣਾ ਬੰਦ ਹੋ ਜਾਵੇ ਇੱਥੋਂ ਤੱਕ ਸਾਹ ਚੜਨਾ ਸ਼ੁਰੂ ਹੋ ਜਾਏ ਥੁੱਕ ਦੇ ਵਿੱਚੋਂ ਖੂਨ ਆ ਜਾਵੇ ਜਾਂ ਬੁਖਾਰ ਹੋਵੇ ਟੱਟੀਆਂ 'ਚ ਖੂਨ ਆ ਜਾਵੇ ਇਸ ਤਰੀਕੇ ਦਾ ਯਾਨੀ ਇਹ ਲੱਛਣ ਦਿਸਦੇ ਨੇ ਜੀ ਪਰ ਇੰਟਰਸਟਿੰਗ ਚੀਜ਼ ਇਹ ਹੈ ਕਿ ਇਹਨੂੰ ਵੀ ਸਾਰੇ ਕਾਜ਼ਸ ਹੋ ਗਏ ਜੋ ਕਿ ਹੌਲੀ ਹੌਲੀ ਇਹਦੇ ਪੱਕੋ ਵੱਖਰੇ ਯਾਨੀ ਖਤਮ ਹੁੰਦੇ ਜਾ ਰਹੇ ਨੇ ਕਾਰਨ ਇਹ ਸਭ ਤੋਂ ਪਹਿਲੀ ਸੋਚਿਆ ਗਿਆ ਕਿ ਇਹ ਕੋਵਿਡ ਦੇ ਨਾਲ ਹੁੰਦੀ ਹੈ ਕਿਉਂਕਿ ਜਦੋਂ ਇਹ ਮਹਾਮਾਰੀ ਆਈ ਸੀ ਉਦੋਂ ਹੀ ਇਹ ਵੱਡੀ ਪੱਧਰ ਤੇ ਦਿਸਣੀ ਸ਼ੁਰੂ ਹੋਈ ਇਹ ਲੱਗਿਆ ਕਿ ਇਹ ਕੋਵਿਡ ਬਿਮਾਰੀ ਦੇ ਨਾਲ ਹੀ ਜੁੜੀ ਹੈ ਸੋ ਸਭ ਤੋਂ ਪਹਿਲੀ ਚੀਜ਼ ਲੱਭੀ ਗਈ ਕਿ ਕੋਵਿਡ ਬਿਮਾਰੀ ਵਿੱਚ ਸ਼ੂਗਰ ਦੇ ਜਿਹੜੇ ਖਾਸ ਤੌਰ ਤੇ ਮਰੀਜ਼ ਨੇ ਜੀ ਜਿਹੜੇ ਕੰਟਰੋਲਡ ਡਾਇਬੀਟੀਜ਼ ਵਾਲੇ ਨੇ ਉਹਨਾਂ ਚੋਂ ਲੱਗਿਆ ਕਿ ਸ਼ਾਇਦ ਉਹਨਾਂ ਨੂੰ ਇਹ ਹੋ ਰਹੀ ਹੈ ਫਿਰ ਨਾ ਰੱਖਿਆ ਗਿਆ ਸ਼ਾਇਦ ਸਟੀਰੋਇਡਸ ਦੇ ਨਾਲ ਇਹ ਜ਼ਿਆਦਾ ਵੱਧ ਰਹੀ ਹੈ ਜੀ ਫਿਰ ਸੋਚਿਆ ਗਿਆ ਜਿਹੜੇ ਇਮਿਊਨੋ ਸਪਰੈਸਿਵ ਥੈਰੇਪੀ ਤੇ ਨੇ ਮਿਸਾਲ ਵਜੋਂ ਜਿਨ੍ਹਾਂ ਦੇ ਕਿਡਨੀ ਟ੍ਰਾਂਸਪਲਾਂਟ ਹੈ ਜਾਂ ਕੋਈ ਅਜਿਹੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਜਿਹਦੇ ਨਾਲ ਸਪਰੈਸ਼ਨ ਹੋ ਰਹੀ ਹੋਵੇ ਤਾਂ ਡਾਕਟਰ ਸਾਹਿਬ ਮੈਂ ਇੱਕ ਮਿੰਟ ਆਪਦੇ ਦਰਸ਼ਕਾਂ ਦਾ ਨੂੰ ਕਲੀਅਰ ਕਰਦਾ ਕਿ ਤੁਸੀਂ ਕਹਿ ਰਹੇ ਹੋ ਕਿ ਇਟ ਇਜ਼ ਕਨੈਕਟਡ ਵਿਦ ਕਰੋਨਾ ਬਾਕੀ ਦੇ ਵਿਚਾਰ ਮੈਂ ਤੁਹਾਡੇ ਤੋਂ ਫੇਰ ਲੈਣਾ ਆਪਾਂ ਨੂੰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ ਫੋਰ ਸਮ ਰੀਜ਼ਨ ਆਪਾਂ ਇੱਦਾਂ ਹੀ ਦੁਬਾਰਾ ਆਉਂਦੇ ਹਾਂ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਸਾਨੂੰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਸਭ ਨੇ ਕਿਹਾ ਕਿ ਸਮ ਹਾਓ ਜਿਹੜੀ ਬਲੈਕ ਫੰਗਸ ਹੈ ਉਹ ਕਰੋਨਾ ਮਹਾਮਾਰੀ ਨਾਲ ਹੀ ਕਨੈਕਟਡ ਹੈ ਬਾਕੀ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਸੀ ਜਿਹੜੀ ਸ਼ੁਰੂ ਤੋਂ ਕੀਤੀ ਸੀ ਇੱਕ ਦੋ ਸੁਝਾਅ ਆਏ ਸੀਗੇ ਜਿਹੜੀ ਤੁਸੀਂ ਕਿਹਾ ਸੀ ਕਿ ਅਚਾਰ ਦੇ ਉੱਤੇ ਉੱਲੀ ਲੱਗੀ ਹੁੰਦੀ ਹੈ ਉੱਥੋਂ ਗੱਲ ਦੁਬਾਰਾ ਸ਼ੁਰੂ ਕਰਿਓ ਪਲੀਜ਼ ਜੀ ਮੈਂ ਕਹਿਣਾ ਚਾਹੁੰਦੀ ਸੀ ਕਿ ਜਿਹੜਾ ਅਚਾਰ ਦੇ ਉੱਤੇ ਜਿਵੇਂ ਉੱਲੀ ਲੱਗ ਜਾਂਦੀ ਹੈ ਜੀ ਉਸੇ ਹੀ ਤਰ੍ਹਾਂ ਹੋਰ ਇਹ ਸਰੀਰ ਦੇ ਅੰਦਰ ਜਦੋਂ ਉੱਲੀ ਲੱਗਦੀ ਹੈ ਤਾਂ ਇਸ ਨੂੰ ਅਸੀਂ ਜ਼ੋਂਬੀ ਡਿਜ਼ੀਜ਼ ਜਾਂ ਬਲੈਕ ਡੈਥ ਦਾ ਨਾਮ ਦੇ ਦਿੱਤਾ ਸੀ ਕਿਉਂਕਿ ਇਹ ਕਾਲਾਪਨ ਕਰ ਦਿੰਦੀ ਹੈ ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਭਾਵੇਂ ਉਹ ਨੱਕ ਵਿੱਚ ਹੋਵੇ ਅੱਖ ਵਿੱਚ ਹੋਵੇ ਚਮੜੀ ਤੇ ਹੋਵੇ ਫੇਫੜਿਆਂ ਵਿੱਚ ਹੋਵੇ ਅੰਤੜੀਆਂ ਵਿੱਚ ਹੋਵੇ ਜਾਂ ਸਾਰੇ ਪਾਸੇ ਫੈਲ ਜਾਵੇ ਸੋ ਉਹਦੇ ਲੱਛਣ ਵੱਖੋ ਵੱਖਰੇ ਹੁੰਦੇ ਨੇ ਜੀ ਮੈਂ ਇੰਪੋਰਟੈਂਟ ਚੀਜ਼ ਇਹ ਦੱਸਣਾ ਚਾਹੁੰਦੀ ਹਾਂ ਕਿ ਇਹਦੇ ਨਾਲ ਪਹਿਲਾਂ ਜੋੜਿਆ ਗਿਆ ਸੀ ਕਿ ਸਿਰਫ ਕੋਵਿਡ ਦੌਰਾਨ ਹੁੰਦੀ ਹੈ ਫਿਰ ਕੋਵਿਡ ਦੇ ਵਿੱਚ ਲੱਭਣਾ ਸ਼ੁਰੂ ਕੀਤਾ ਕਿ ਸ਼ਾਇਦ ਸਟੀਰੋਇਡਸ ਕਰਕੇ ਜੀ ਜਾਂ ਟੋਸੀ ਕਰਕੇ ਜਾਂ ਆਕਸੀਜਨ ਦੇ ਸਿਲੰਡਰਾਂ ਕਰਕੇ ਜੋ ਕਿ ਅਸੀਂ ਦੇਖ ਰਹੇ ਸੀ ਕਿ ਮੈਡੀਕਲ ਆਕਸੀਜਨ ਦੀ ਥਾਂ ਤੇ ਜਿਹੜੇ ਉਹ ਫੈਕਟਰੀਆਂ ਵਿੱਚ ਵਰਤੇ ਜਾ ਰਹੇ ਸਨ ਸਿਲੰਡਰ ਜੀ ਉਹ ਕਲੀਨ ਨਹੀਂ ਸਨ ਹੁੰਦੇ ਕਈ ਕਈ ਮਹੀਨੇ ਸੋ ਉਹਨਾਂ 'ਚ ਨੈਗੇਟਿਵ ਸੈਕਸ਼ਨਿੰਗ ਨਹੀਂ ਸੀ ਉਹਨਾਂ ਦੇ ਵਿੱਚ ਵੀ ਫੰਗਸ ਲੱਭੀ ਜੀ ਜਿਹੜੀਆਂ ਉਹ ਪਾਈਪਾਂ ਅਟੈਚ ਕੀਤੀਆਂ ਉਹਨਾਂ 'ਚ ਵੀ ਲੱਭੀ ਜਿਹੜੇ ਮਾਸਕ ਲਾਏ ਗਏ ਉਹਨਾਂ 'ਚ ਵੀ ਫੰਗਸ ਲੱਭੀ ਸੋ ਇਹ ਜਿਹੜੇ ਸੜਕਾਂ ਤੇ ਸ਼ੁਰੂ ਹੋਇਆ ਕੰਮ ਕਈ ਵਾਰ ਕਈ ਜਾਂ ਘਰਾਂ ਵਿੱਚ ਲੋਕ ਲੈ ਆਉਂਦੇ ਸਨ ਇਹ ਵੇਖੇ ਬਗੈਰ ਕਿ ਮੈਡੀਕਲ ਆਕਸੀਜਨ ਹੈ ਜਾਂ ਤੁਸੀਂ ਕਿਸੇ ਫੈਕਟਰੀ ਤੋਂ ਲਿਆ ਕੇ ਸਿਲੰਡਰ ਵਰਤਿਆ ਉਹਦੇ ਨਾਲ ਵੀ ਇਹ ਪਹਿਲਾਂ ਸੋਚਿਆ ਗਿਆ ਹੁਣ ਇੰਟਰਸਟਿੰਗ ਫੈਕਟ ਸ਼ੁਰੂ ਹੋਏ ਨੇ ਜੋ ਦੋ ਤਿੰਨ ਦਿਨ ਪਹਿਲਾਂ ਹੀ ਆਏ ਨੇ ਸਾਹਮਣੇ
कि जिन्हां नूं कोविड नहीं सी, डायबिटीज भी नहीं सी, जी ऑक्सीजन भी नहीं लई, स्टीरॉइड्स भी नहीं लए, जी ਉਹਨਾਂ ਨੂੰ ਇਹ ਫੰਗਸ ਦੀ ਬਿਮਾਰੀ ਹੋ ਗਈ। ਓਹੋ, ਹੁਣ ਤੁਸੀਂ ਸਮਝ ਸਕਦੇ ਹੋ ਕਿ ਕੱਲੀ ਕੋਵਿਡ ਕਰਕੇ ਹੀ ਨਹੀਂ, ਇਹਦੇ ਕਈ ਹੋਰ ਕਾਰਨ ਨੇ ਜਿਨ੍ਹਾਂ ਸਦਕਾ ਇਹ ਬਿਮਾਰੀ ਫੈਲਣ ਲੱਗ ਗਈ ਹੈ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਤੁਹਾਡੀ ਇਮਿਊਨਿਟੀ ਜਦੋਂ ਡਾਊਨ ਹੁੰਦੀ ਹੈ, ਜੀ 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 ਇਹ ਸਭ ਤੋਂ ਵੱਧ ਇਸ ਬਿਮਾਰੀ ਨੂੰ ਅਸੀਂ ਫੜਦੇ ਹਾਂ, ਭਾਵੇਂ ਉਹ ਬਜ਼ੁਰਗ ਹੋਣ ਜਾਂ ਕੋਈ ਜਿਹੜਾ ਅਜਿਹਾ ਬੰਦਾ ਜਿਹੜਾ ਕੋਈ ਹੋਰ ਬਿਮਾਰੀ ਨਾਲ ਜੂਝ ਰਿਹਾ ਹੋਵੇ। जी 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 डॉक्टर साहब, एक 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 छोटा जा क्वेश्चन है और तुसी ओदे नाल ही तुसी ओदी क्लैरिफिकेशन दे कि सो फार अज तक एदा कोई इलाज, परमानेंट इलाज हैगा है? मैं ब्लैक फंगस की गल कर रहा जी। जी जेड़ी फंगस हुंदी है ओ जिवें मैं दस्सिया अंग यूज दिखाव ते जिवें हो जावे या अजेही थां जिहड़े शरीर अंदर भी तुसी सफाई ना रखी होवे, गंदगी होवे तां उत्ते हुंदी है। तो प्रिवेंट तां हमेशा ही उल्ली तो हो सकती है कि तुसी खुराक रखो, गंदगी अंदर मुंह विच भी ना जावे, अपना भी तुसी सफाई रखदे होवो जी, खुराक लैंदे होवो जिहदे नाल तुहाडी बॉडी दी इम्यूनिटी ठीक रहिंदी होवे। हुण इहदे विच जदों तुसी फालतू ड्रिंक लैंदे हो जिहड़ी कि कोविड दौरान शुरू हुई है या जिन्हां नूं कोविड नहीं है ਉਹ ਵੀ ਜ਼ਿੰਕ ਲੈਣ ਲੱਗ ਗਏ ਨੇ, ਤਾਂ ਇਹ ਜ਼ਿੰਕ ਦੇ ਉੱਤੇ ਇਹ ਵਾਜੋ ਇਹ ਜ਼ਿਆਦਾ ਸੋਹਣੇ ਤਰੀਕੇ ਉੱਗਦੀ ਹੈ। ਓ ਓਕੇ ਓਕੇ, ਇਸੇ ਤਰ੍ਹਾਂ ਜਿਹੜੇ ਫ੍ਰੀ ਆਇਰਨ ਜੋ ਅਸੀਂ ਮਿਲਾ ਦਿੰਦੇ ਹਾਂ, ਜਿਹੜੇ ਜੇ ਕੋਈ ਸਰੀਰ ਅੰਦਰ ਹੋਵੇ ਉਹਨਾਂ ਨੂੰ ਵੀ ਇਹ ਫੰਗਸ ਛੇਤੀ ਚਿੰਬੜਦੀ ਹੈ। ਜੀ ਜੀ ਜੀ, ਸੋ ਕੱਲੀ ਇੱਕ ਕੋਵਿਡ ਨਾਲ ਨਾ ਜੋੜੀਏ, ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਗੋਂ ਇਸ ਫੰਗਸ ਨੂੰ ਪ੍ਰੋਨ ਬਣਾ ਰਹੀਆਂ ਨੇ। ਪਰ ਆਪਾਂ ਆਮ ਬੰਦੇ ਜਿਵੇਂ ਜਿਨ੍ਹਾਂ ਨੂੰ ਅਸੀਂ ਇਮਿਊਨਿਟੀ ਠੀਕ ਹੈ, ਜੇ ਇਹ ਫੰਗਸ ਪੂਰੇ ਅੰਦਰ ਲੰਘ ਵੀ ਜਾਂਦੀ ਹੈ ਤਾਂ ਉਹ ਸਾਡੇ ਪੇਟ ਵਿਚਲਾ ਐਸਿਡ ਇਹਨੂੰ ਖਤਮ ਕਰ ਦੇਗਾ, ਉਹ ਯਾਨੀ ਇਹਨੂੰ ਫੈਲਣ ਨਹੀਂ ਦਿੰਦਾ, ਫੈਲਣ ਨਹੀਂ ਦਿੰਦਾ। ਸੋ ਜਦੋਂ ਇੰਪੋਰਟੈਂਟ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਆਮ ਤੌਰ ਤੇ ਆਕਸੀਜਨ ਦੀ ਜੋ ਸਾਨੂੰ ਚਾਹੀਦੀ ਹੁੰਦੀ ਹੈ 5 ਲੀਟਰ ਪਰ ਮਿੰਟ, ਜੀ ਜੀ, ਜਦੋਂ ਅਸੀਂ ਅਨਕੰਟਰੋਲਡ ਆਕਸੀਜਨ ਘਰਾਂ ਵਿੱਚ ਲਾ ਰਹੇ ਹਾਂ ਜਿਹੜੀ ਸਪੀਡ ਕਈ ਵਾਰ 15 ਤੱਕ ਜਾ ਰਹੀ ਹੈ, ਉਸ ਦੀ ਲੇਅਰ ਪੂਰੀ ਜ਼ਖਮੀ ਕਰ ਦਿੰਦੀ ਹੈ। ਸੋ ਉਹ ਥਾਂ ਬਣ ਜਾਂਦੀ ਹੈ ਜਿੱਥੇ ਫੰਗਸ ਅੰਦਰ ਲੰਘ ਸਕਦੀ ਹੈ, ਫੈਲ ਸਕਦੀ ਹੈ, ਬਿਮਾਰੀ ਕਰ ਸਕਦੀ ਹੈ ਜਦੋਂ ਤੁਸੀਂ ਆਲਰੇਡੀ ਬਿਮਾਰ ਹੋ। ਜੀ ਜੀ ਡਾਕਟਰ ਸਾਹਿਬ, ਇੱਕ ਇੱਕ ਜਿਹੜੇ ਜ਼ਿਆਦਾ ਮੈਨੂੰ ਨਹੀਂ ਪਤਾ, ਤੁਸੀਂ ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਤੁਹਾਡੇ ਰਜਿੰਦਰਾ ਹਸਪੀਟਲ ਜਾਂ ਹੋਰ ਪਟਿਆਲੇ 'ਚ ਕਿਤੇ ਕੋਈ ਕੇਸ ਆਇਆ, ਇੱਕ ਵਾਈਟ ਫੰਗਸ ਵੀ ਕਿ ਉਹ ਇਹਦੇ ਵਿੱਚੋਂ ਹੀ ਨਿਕਲ ਰਹੀ ਹੈ, ਕਿ ਉਹ ਵੀ ਕਰੋਨਾ ਨਾਲ ਹੀ ਕਨੈਕਟਡ ਹੈ, ਕਿ ਉਹ ਇੱਕ ਅੱਡ ਬਿਮਾਰੀ ਇਜ਼ਾਦ ਚ ਆ ਰਹੀ ਹੈ। ਜੀ ਅਸਲ 'ਚ ਵਾਈਟ ਫੰਗਸ ਜਿਹਨੂੰ ਤੁਸੀਂ ਕਹਿੰਦੇ ਹੋ, ਆਮ ਅਸੀਂ ਛੋਟੇ ਬੱਚਿਆਂ ਵਿੱਚ ਵੀ ਜਦੋਂ ਮੂੰਹ ਦੇ ਵਿੱਚ ਜੰਮ ਜਾਂਦਾ ਜੀਭ ਦੇ ਉੱਤੇ ਚਿੱਟਾ ਚਿੱਟਾ, ਅੱਛਾ ਜੀ, ਕੈਂਡੀਡਾ ਇਨਫੈਕਸ਼ਨ ਹੁੰਦੀ ਜੇ ਵੱਕ, ਉਹ ਹੁੰਦਾ ਜਦੋਂ ਬੱਚਿਆਂ ਨੂੰ ਤੁਸੀਂ ਪ੍ਰੋਲੋਂਗਡ ਐਂਟੀਬਾਇਓਟਿਕਸ ਦੇ ਦਿੰਦੇ ਹੋ ਜੀ, ਜਾਂ ਉਹਨਾਂ ਦਾ ਤੁਸੀਂ ਬੋਟਲ ਫੀਡ ਕਰਦੇ ਹੋ, ਸਾਫ਼ ਨਹੀਂ ਨਿੱਪਲ ਹੁੰਦਾ ਤਾਂ ਜੀਭ ਦੇ ਉੱਤੇ ਚਿੱਟਾ ਚਿੱਟਾ ਜੰਮ ਜਾਂਦਾ। ਓ, ਤੇ ਇਸੇ ਤਰ੍ਹਾਂ ਜਦੋਂ ਇਮਿਊਨਿਟੀ ਡਾਊਨ ਹੋਏ ਜਾਂ ਸਟੀਰੋਇਡਸ ਦਿੱਤੇ ਹੋਣ ਜਾਂ ਬਹੁਤ ਤਗੜੇ ਐਂਟੀਬਾਇਓਟਿਕਸ ਜੋ ਕਿ ਇਸ ਵੇਲੇ ਕੋਵਿਡ ਦਿੱਤੇ ਜਾ ਰਹੇ ਨੇ ਜੀ, ਉਹਦੇ ਨਾਲ ਉਸ ਉਹੀ ਫੰਗਸ ਜੋ ਜੀਭ ਵਿੱਚ ਹੋਣੀ ਸੀ ਉਹ ਸਾਰੇ ਅੰਦਰ ਵੀ ਫੈਲੀ ਜਾ ਰਹੀ ਹੈ। ਜੀ 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 ਜੀ, ਡਾਕਟਰ ਸਾਹਿਬ ਮੇਰਾ ਇੱਕ ਕੁਐਸਚਨ ਹੈ ਕਿ ਜਿੱਦਾਂ ਕਰੋਨਾ ਮਹਾਮਾਰੀ ਆਪਾਂ ਡਿਸਟੈਂਸ ਰੱਖਦੇ ਹਾਂ 6 ਫੁੱਟ ਦਾ, ਕੋਸ਼ਿਸ਼ ਕਰਦੇ ਹਾਂ ਇਕੱਠ ਨਾ ਹੋਵੇ, ਕਿਆ ਜਿਹੜੀਆਂ ਬਲੈਕ ਜਾਂ ਵਾਈਟ, ਚਲੋ ਵਾਈਟ ਨੂੰ ਛੱਡ ਲੈਂਦੇ, ਬਲੈਕ ਫੰਗਸ ਕਿ ਇਹ ਵੀ ਕੰਟੇਜੀਅਸ ਹੈ, ਕਿ ਇਹ ਵੀ ਇਹਦੇ ਲਈ ਵੀ ਦੂਰੀਆਂ ਬਣਾਉਣੀਆਂ ਜ਼ਰੂਰੀ ਹੈ? ਦੇਖੋ, ਕਿਉਂਕਿ ਬਲੈਕ ਫੰਗਸ ਜਿਵੇਂ ਮੈਂ ਦੱਸਿਆ ਕਿ ਇਹੋ ਜਿਹੇ ਇੰਸਟਰੂਮੈਂਟਸ ਨਾਲ ਜਿਹਨੇ ਤੁਹਾਡੀ ਨੱਕ ਦੀ ਪਰਤ ਖਰਾਬ ਕੀਤੀ, ਜਾਂ ਤੁਸੀਂ ਆਕਸੀਜਨ ਮਾਸਕ ਠੀਕ ਨਹੀਂ ਸੀ, ਵੈਂਟੀਲੇਟਰ ਕਲੀਨ ਨਹੀਂ ਸੀ, ਸਫਾਈ ਨਹੀਂ ਸੀ, ਉਹਦੇ ਨਾਲ ਤੁਹਾਡੀ ਆਪਣੀ ਇਮਿਊਨਿਟੀ ਜੇ ਡਾਊਨ ਹੈ ਤਾਂ ਤੁਹਾਨੂੰ ਫੜਦਾ। ਜੇ ਦੂਸਰਾ ਬੰਦਾ ਜਿਹੜਾ ਨੋਰਮਲ ਹੈ, ਜਿਹਦੀ ਇਮਿਊਨਿਟੀ ਨਹੀਂ ਹੈ, ਉਸ ਨੂੰ ਇਹ ਨਹੀਂ ਹੋਏਗਾ ਜਦ ਤੱਕ ਕਿ ਉਹ ਬੇਲੋੜੀਆਂ ਦਵਾਈਆਂ ਨਾ ਲਵੇ, ਵਾਧੂ ਜ਼ਿੰਕ ਨਹੀਂ ਲੈ ਰਿਹਾ, ਵਾਧੂ ਸਟੀਰੋਇਡਸ ਘਰ ਨਹੀਂ ਖਾ ਰਿਹਾ, ਜਾਂ ਆਇਰਨ ਓਵਰਲੋਡ ਨਹੀਂ ਕਰ ਰਿਹਾ, ਬੇਲੋੜੀਆਂ ਟੋਨਿਕਸ ਨਹੀਂ ਖਾਈ ਜਾ ਰਿਹਾ, ਉਹ ਚੀਜ਼ਾਂ ਖਰਾਬ ਕਰ ਸਕਦੀਆਂ ਨੇ। ਵਰਨਾ ਇੱਕ ਬਿਮਾਰ ਤੋਂ ਦੂਜੇ ਬਿਮਾਰ ਨੂੰ
फोमाइट्स जा सकती है, यानी आपा एक चीज जो उस नु वरती दूजे मरीज नु वरत ली तां जा सकती है, जी अदरवाइज ये इस तरह तुरदे फिरदे नु नहीं इन्फेक्शन। जी 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 डॉक्टर साहब मैं तुहाडे तों पुछदा कि टोटल जिहड़ा आपां इंडियन हेल्थ मिनिस्ट्री दे आंकड़िया ते जाइए तो दावा कर रहे ने कि असी सैकेंड जिहड़ी फेज़ आ उहनूं कंट्रोल कर लिया। एज अ डॉक्टर तुसीं इस चीज़ नूं वेरीफाई करदे हो कि कंट्रोल हो गई है कि हले भी आपां नूं जिहड़ा हैगा कि कंट्रोल करन दी जरूरत है? उस तरह तुहानूं खास करके डॉक्टर्स नर्सिज़ नूं 16-17 घंटे काम करन दी हले भी जरूरत पै रही है? देखो सानू अजे तां बिल्कुल, मैं हुण वी तुहाडे सामने नाइट ड्यूटी तो बाद आ रही हां, जी असी डे नाइट कंटीन्यूअस ड्यूटियां ते हां, हले कटियां नहीं, मौतां वी काफी हो रहीयां ने, समान दी कमी नाल असी जूझ रहे हां, जी बहुत थां ते डॉक्टर्स सगों आप समान पूरी करन लई पैसे वी पल्लियों दे रहे ने, साडे एनआरआई डॉक्टर्स ने जो ओ वी इत्थे मदद लई मास्क तक भेज रहे ने, किट्स भेज रहे ने, ऑक्सीजन भेज रहे ने, जी कंसंट्रेटर भेज रहे ने, वेंटिलेटर्स आए ने डोनेटेड, तो ये सारियां चीजां साडे कोल जो सरकार नहीं मुहैया करवा सकती पहुंचियां, जी उसके बावजूद कुछ अजिहियां चीजां के तुसीं साडे कोलों पुछण दी थां, या मेरा ख्याल है कि गवर्नमेंट दे अंकड़ियां तों पुछण दी थां क्रिमेशन ग्राउंड विच जाओगे ਤਾਂ ਤੁਹਾਨੂੰ ਬਹੁਤ ਫਰਕ ਦਿਸੇਗਾ ਉਹਨਾਂ ਅੰਕੜਿਆਂ ਵਿੱਚ, ਜੋ ਕਿ ਕਿਸ ਲੈਵਲ ਤੇ ਕੌਣ ਕਰ ਰਿਹਾ ਮੈਂ ਨਹੀਂ ਦੱਸ ਸਕਦੀ, ਪਰ ਕ੍ਰਿਮੇਸ਼ਨ ਗਰਾਊਂਡ ਕੁਝ ਹੋਰ ਕਹਾਣੀ ਦੱਸਦੇ ਨੇ, ਸਾਡੇ ਕੋਲ ਕੁਝ ਹੋਰ ਮੌਤਾਂ ਹੋਈਆਂ ਹੁੰਦੀਆਂ ਨੇ, ਉਹ ਵਿਚਕਾਰ ਕਿਵੇਂ ਗਾਇਬ ਹੋ ਜਾਂਦੀਆਂ ਨੇ ਪਤਾ ਨਹੀਂ। ਡਾਕਟਰ ਸਾਹਿਬ ਜਿੱਦਾਂ ਅਸੀਂ ਸਲੂਟ ਕਰਦੇ ਹਾਂ, ਮੈਂ ਪੂਰੀ ਸਟੱਡੀ ਆਪਣੀ ਪਹਿਲਾਂ ਵੀ ਗੱਲ ਹੁੰਦੀ ਰਹੀ ਹੈ, ਅੱਜ ਵੀ ਪਰਸੋਂ ਵੀ ਗੱਲ, ਮੈਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਤੋਂ, ਤੁਹਾਡੇ ਸਾਥੀਆਂ ਤੋਂ, ਜੰਗ ਜਾਰੀ ਰੱਖਿਓ। ਮੈਨੂੰ ਪਤਾ ਤੁਸੀਂ ਆਪਦੀ ਜੇਬ 'ਚੋਂ ਪੈਸੇ ਖਰਚ ਕੇ ਲੱਕੜਾਂ ਵੀ ਖਰੀਦ ਰਹੇ ਹੋ, ਇਕੱਲੇ ਤੁਸੀਂ ਨਹੀਂ, ਜਲੰਧਰ ਲੁਧਿਆਣਾ ਦੇ ਡਾਕਟਰ ਵੀ ਵਿਚਾਰੇ ਇੱਦਾਂ ਕਰ ਰਹੇ ਆ, ਕਿਉਂਕਿ ਕਈ ਲੋਕ ਹੈਗੇ ਆ ਜਿਹੜੇ। ਔਰ ਦੁੱਖ ਦੀ ਗੱਲ ਇਹ ਹੈ ਡਾਕਟਰ ਸਾਹਿਬ, ਰੈਲੇਵੈਂਟ ਨਹੀਂ ਗਿਆ ਇਸ ਇੰਟਰਵਿਊ ਨਾਲ, ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਲੱਕੜਾਂ ਦੇ ਵਪਾਰੀ ਹੈ ਉਹ ਦੁੱਗਣਾ ਤਿੱਗਣਾ ਚੁੱਗਣਾ ਮਿਲ ਦੇ ਕੇ ਇਸ ਚੀਜ਼ ਦਾ ਫਾਇਦਾ ਚੱਕ ਰਹੇ ਜਦੋਂ ਇਨਸਾਨੀਅਤ ਮਰ ਰਹੀ ਹੈ, ਔਰ ਤੁਸੀਂ ਲੋਕ ਆਪਦੇ ਕੋਲੋਂ ਪੈਸਾ ਇਕੱਠਾ ਕਰਕੇ ਲੱਕੜਾਂ ਦਾ ਇੰਤਜ਼ਾਮ ਕਰ ਰਹੇ ਤਾਂ ਕਿ ਉਹ ਜਿਹੜਾ ਬੰਦਾ ਚਲਾ ਗਿਆ ਉਹਦੀ ਮਿੱਟੀ ਸੰਭਾਲੀ ਜਾ ਸਕੇ, ਉਹਦਾ ਅੰਤਿਮ ਸੰਸਕਾਰ ਵਿਦ ਆਲ ਡਿਊ ਰਿਸਪੈਕਟ ਕੀਤਾ ਜਾ ਸਕੇ। ਡਾਕਟਰ ਸਾਹਿਬ ਜੰਗ ਜ਼ਰੂਰ ਜਾਰੀ ਰੱਖਿਓ ਤੁਸੀਂ, ਅਸੀਂ ਕੋਸ਼ਿਸ਼ ਕਰਾਂਗੇ। ਮੇਰੇ ਹੋਰ ਕੁਐਸਚਨ ਨਹੀਂ ਹੈ ਕਿ ਜਿਹੜੀ ਬਾਹਰੋਂ ਹੈਲਪ ਜਾ ਰਹੀ ਹੈ ਕਿਸ ਤਰ੍ਹਾਂ ਜਾ ਰਹੀ, ਕਿੱਦਾਂ ਜਾ ਰਹੀ ਹੈ। ਮੇਰਾ ਇਹ ਕਹਿਣ ਦਾ ਲਾਸਟ ਕੁਐਸਚਨ ਹੈ, ਉਸ ਤੋਂ ਬਾਅਦ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਜਿਹੜੀ ਵਾਈਟ ਫੰਗਸ ਹੈ ਉਹ ਤਾਂ ਆਪਾਂ ਅੰਡਰ ਐਸਟੀਮੇਟ ਕਰ ਸਕਦੇ ਹਾਂ, ਜਿਹੜੀ ਬਲੈਕ ਫੰਗਸ ਹੈ ਕਿ ਉਹਨੂੰ ਇਮੀਡੀਏਟਲੀ ਉਸ ਪੇਸ਼ੈਂਟ ਨੂੰ ਐਡਮਿਟ ਕਰਨਾ ਪੈਂਦਾ ਹੈ, ਉਹਦਾ ਘਰੇ ਵੀ ਟ੍ਰੀਟਮੈਂਟ ਹੋ ਸਕਦਾ? ਨਹੀਂ, ਉਹਨੂੰ ਇਮੀਡੀਏਟਲੀ ਹੀ ਐਡਮਿਟ ਕਰਨਾ ਪਏਗਾ, ਤੇ ਇਕਦਮ ਦਵਾਈਆਂ ਨਾ ਸ਼ੁਰੂ ਕੀਤੀਆਂ ਜਾਣ ਤਾਂ ਇਕਦਮ ਫੈਲ ਸਕਦੀ ਹੈ ਜੀ, ਸੋ ਅਰਜੈਂਟ ਸਰਜਰੀ ਕਰਨੀ ਪੈਂਦੀ ਹੈ ਉਹ, ਤਾਂ ਕਿ ਓਨੀ ਥਾਂ ਕਈ ਵਾਰ ਅੱਖ ਦੇ ਅੰਦਰ ਪੂਰੀ ਫੈਲ ਜਾਏ ਤਾਂ ਅੱਖ ਵੀ ਕੱਢਣੀ ਪੈ ਜਾਂਦੀ ਹੈ, ਓਹੋ ਸੋ ਦਿਮਾਗ ਵਿੱਚ ਹੋਵੇ ਤਾਂ ਉਹ ਹਿੱਸਾ ਵੀ ਜਦ ਤੱਕ ਨਹੀਂ ਕੱਢੋਗੇ ਤਾਂ ਮੌਤ ਯਕੀਨੀ ਹੈ, ਸੋ ਜੇ ਫੈਲ ਚੁੱਕੀ ਹੋਈ ਤਾਂ ਬਹੁਤ ਸੀਰੀਅਸ ਡਿਜ਼ੀਜ਼ ਹੈ, ਇਮੀਡੀਏਟਲੀ ਹਸਪੀਟਲਾਈਜ਼ ਹੋਣਾ ਜ਼ਰੂਰੀ ਹੈ। ਜੀ 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 ਡਾਕਟਰ ਸਾਹਿਬ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਇੱਦਾਂ ਹੀ ਬਣੇ ਰਹੋ ਸਾਡੇ ਨਾਲ। ਦਰਸ਼ਕੋ ਜੁੜੇ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੋਂ, ਆਪਾਂ ਨੂੰ ਲੈਣੀ ਪੈ ਰਹੀ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ ਆਪਾਂ ਹੁਣ ਦੂਸਰੇ ਸੈਗਮੈਂਟ ਵੱਲ ਚੱਲਦੇ ਹਾਂ ਜਿੱਥੇ ਕਿ ਸਮਾਜਿਕ ਲੋੜਾਂ ਨੇ, ਤਾਂ ਉਸ ਚੀਜ਼ ਲਈ ਆਪਾਂ ਨੂੰ ਜੇ ਆਪਾਂ ਆਤਮ ਚਿੰਤਨ ਨਹੀਂ ਕਰਾਂਗੇ ਤਾਂ ਹਾਲਾਤ ਇੱਦਾਂ ਦੇ ਹੀ ਬਣੇ ਰਹਿਣਗੇ। ਆਪਣੇ ਨਾਲ ਕਾਲਰ ਜੁੜ ਗਏ, ਇੱਕ ਉਹਨਾਂ ਦੀ ਕਾਲ ਲੈ ਕੇ ਤਾਂ ਆਪਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਇਕਬਾਲ ਸਾਹਿਬ ਕੀ ਹਾਲ ਹੈ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਹਾਂਜੀ ਆਪਣੇ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਜੁੜੇ, ਤੁਹਾਡਾ ਕੋਈ ਕੁਐਸਚਨ ਸਰ? ਜੀ ਡਾਕਟਰ ਸਾਹਿਬ, ਪਹਿਲਾਂ ਤਾਂ ਬਹੁਤ ਤੁਹਾਡਾ ਧੰਨਵਾਦ ਸਾਨੂੰ ਜਾਣਕਾਰੀ ਦੇਣ ਵਾਸਤੇ। ਸੋ ਦੇਖੋ ਜੀ, ਇੱਕ ਡਾਕਟਰ ਬਣਨ ਵਾਸਤੇ ਕਿੰਨੀ ਜੱਦੋਜਹਿਦ ਲੱਗਦੀ ਹੈ, ਇੱਕ ਪੂਰੇ ਪਰਿਵਾਰ ਦੀ ਵੀ ਕਹਿ ਲਓ, ਉਹਦੀ ਸੋਸਾਇਟੀ ਦੀ। ਤੇ ਇਹਦੇ ਵਿੱਚ ਹੁਣ ਡਾਕਟਰ ਸਾਹਿਬ ਤੁਸੀਂ ਕੁਛ ਇਹ ਚੀਜ਼ ਸਾਨੂੰ ਜਾਣਕਾਰੀ ਦਿਓ ਵੀ ਵੈਕਸੀਨੇਸ਼ਨ ਵਾਸਤੇ ਇੰਨੀ ਤਵੱਜੋ ਕਿਉਂ ਨਹੀਂ? ਜੇ ਵੈਕਸੀਨੇਸ਼ਨ ਨਹੀਂ ਹੋਊਗੀ ਤੇ ਉਦੋਂ ਬਾਅਦ ਚ ਇਹ ਦਿੱਕਤਾਂ ਦਾ ਅਸੀਂ ਸਾਹਮਣਾ ਕਰਦੇ ਹੀ ਰਵਾਂਗੇ, ਤੇ ਇੰਨੇ ਇੰਟਲੈਕਚੁਅਲ, ਇੰਨੇ ਮਿਹਨਤੀ, ਪੜ੍ਹੇ ਲਿਖੇ ਬੰਦੇ ਜਾਂ
ਹੋਰ ਕੋਈ ਵੀ, ਸਾਰਿਆਂ ਨੂੰ ਅਸੀਂ ਇੱਦਾਂ ਹੀ ਅਜਿਹੇ ਹੀ ਗਵਾਚਵਾਂਗੇ। ਜੀ 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 ਅਟਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਕੁਐਸਚਨ ਕੀਤਾ, ਹੁਣ ਆਨਸਰ ਸੁਣੋ। ਕੋਈ ਹੋਰ ਕੁਐਸਚਨ ਹੈ ਅਟਵਾਲ ਸਾਹਿਬ ਜੀ? ਇੱਕ ਬਾਅਦ ਇੱਕ ਹੋ ਰਿਹਾ ਜੀ। ਹਾਂਜੀ 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 ਬੋਲੋ ਜੀ। ਸੋ ਜਿਹੜਾ ਬਲੈਕ ਫੰਗਸ ਦੀ ਗੱਲ ਹੈ, ਸੋ ਉਹ ਜਿਹੜੀ ਆਪਣੇ ਸਾਹਮਣੇ ਆ ਰਹੀ ਹੈ, ਉਹਦੇ ਵਾਸਤੇ ਆਪਣੀ ਗਵਰਨਮੈਂਟਸ ਕਿਉਂ ਨਹੀਂ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੀਆਂ ਜੀ? ਉਹਨਾਂ ਨੂੰ ਹੋਰ ਕੀ ਕਰਨਾ ਚਾਹੀਦਾ ਜਿਹਦੇ ਹਿਸਾਬ ਨਾਲ ਜਾਗਰੂਕਤਾ ਵਧੇ, ਇਨਫੋਰਮੇਸ਼ਨ ਹੋਵੇ, ਤਾਂ ਕਿ ਲੋਕ ਇਹਨਾਂ ਚੀਜ਼ਾਂ ਤੋਂ ਆਪਣਾ ਬਚਾਅ ਕਰ ਸਕਣ? ਜੀ ਜੀ ਬਹੁਤ ਬਹੁਤ ਧੰਨਵਾਦ ਅਟਵਾਲ ਸਾਹਿਬ, ਤੁਸੀਂ ਕਾਲ ਕੀਤੀ। ਆਨਸਰ ਸੁਣੋ ਹੁਣ ਡਾਕਟਰ ਸਾਹਿਬ ਤੋਂ। ਜੀ ਸ਼ੁਕਰੀਆ ਜੀ। ਜੀ ਬਿਲਕੁਲ, ਮੈਂ ਪਹਿਲੀ ਚੀਜ਼ ਤੁਹਾਡੇ ਨਾਲ ਸਹਿਮਤ ਹਾਂ ਕਿ ਵੈਕਸੀਨੇਸ਼ਨ ਜ਼ਰੂਰੀ ਜੇ ਜੀ, ਪਰ ਤੁਸੀਂ ਇਹ ਦੇਖੋ ਕਿ ਪੋਲੀਓ ਦਾ ਟੀਕਾ ਲੱਗਦਿਆਂ ਕਿੰਨੇ ਸਾਲ ਹੋ ਚੁੱਕੇ ਨੇ ਸਾਨੂੰ ਪਤਾ ਹੈ। ਉਹ ਅਜੇ ਵੀ ਦੁਨੀਆ 'ਚ ਇਸ ਕਰਕੇ ਖਤਮ ਨਹੀਂ ਕੀਤੀ ਜਾ ਸਕੀ ਕਿਉਂਕਿ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਲੋਕ ਇਸ ਦੇ ਵਿਰੁੱਧ ਆਵਾਜ਼ ਚੁੱਕ ਰਹੇ ਨੇ। ਜੀ ਜੀ ਜੀ। ਇਸੇ ਤਰ੍ਹਾਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਵੀ ਇੱਕ ਗਰੁੱਪ ਭੇਜੋ ਐਂਟੀ ਵੈਕਸੀਨੇਸ਼ਨ ਡਰਾਈਵ ਦੇ ਲਈ, ਬੜਾ ਮਸ਼ਹੂਰ ਹੈ, ਜਿਹੜੇ ਕਿ ਆਪੋ ਆਪਣੀ ਸੋਚ ਮੁਤਾਬਕ ਉਹਦੇ ਉਲਟ ਚੱਲਦੇ ਨੇ, ਟੀਕਾ ਨਹੀਂ ਲਵਾਉਣਾ। ਇਸੇ ਤਰ੍ਹਾਂ ਹੀ ਹਿੰਦੁਸਤਾਨ ਵਿੱਚ ਵੀ ਉਹ ਗਰੁੱਪ ਤੇ ਇੱਕ ਜਿਹੜਾ ਇਸ ਦੇ ਵਿਰੁੱਧ ਚੱਲਣਾ ਚਾਹੁੰਦਾ ਹੈ ਕਿ ਟੀਕਾ ਸਾਨੂੰ ਮਾਰ ਦੇਵੇਗਾ, ਨਪੁੰਸਕ ਬਣਾ ਦੇਗਾ, ਯਾਨੀ ਇਹੋ ਜਿਹੀ ਮਾੜੀ ਸੋਚ ਲੈ ਕੇ ਉਹ ਇਸ ਨੂੰ ਨਕਾਰ ਰਹੇ ਨੇ। ਸੋ ਉਹ ਜੇ ਆਪਾਂ 100 ਸਾਲ ਪਹਿਲਾਂ ਤੋਂ ਨਹੀਂ ਉਹਨਾਂ ਨੂੰ ਬਣਾ ਸਕੇ ਟੀਕਿਆਂ ਲਈ, ਬਾਕੀ ਜਿਹੜੇ ਲੱਗ ਰਹੇ ਨੇ ਹੁਣ ਤੱਕ ਇਹਨੇ, ਤਾਂ ਇਸ ਲਈ ਵੀ ਨਾਮੁਮਕਿਨ ਹੀ ਹੈ ਕਿ ਹੁਣੇ ਉਹਨਾਂ ਨੂੰ ਬਣਾ ਲਵਾਂਗੇ। ਸੋ ਕੋਸ਼ਿਸ਼ ਇਹੀ ਕਰ ਸਕਦੇ ਹਾਂ ਕਿ ਆਪਾਂ ਜਿੰਨੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਲੱਗ ਸਕੇ, ਤਾਂ ਕਿ ਹਰਡ ਇਮਿਊਨਿਟੀ ਹੌਲੀ ਹੌਲੀ ਮੇਰਾ ਖਿਆਲ ਇਸ ਬਿਮਾਰੀ ਨੂੰ ਖਤਮ ਕਰ ਸਕੇਗੀ। ਡਾਕਟਰ ਸਾਹਿਬ ਇਹਦੇ ਪਿੱਛੇ ਨਾ ਜੇ ਆਪਾਂ ਅਮਰੀਕਾ ਕੈਨੇਡਾ ਦੀ ਗੱਲ ਜਿਹੜੀ ਤੁਸੀਂ ਕੀਤੀ ਉਹਦੀ ਅੱਡ ਥਿਊਰੀ ਹੈ, ਪਾਕਿਸਤਾਨ ਅਫਗਾਨਿਸਤਾਨ ਦੀ ਇੱਕ ਅੱਡ ਥਿਊਰੀ ਹੈ। ਕਿਸੇ ਦਿਨ ਤੁਹਾਡਾ ਵਕਤ ਲਵਾਂਗੇ ਤੇ ਉਹ ਸਾਂਝਾ ਕਰਾਂਗੇ ਤੁਹਾਡੇ ਨਾਲ। ਜੀ ਕੰਟੀਨਿਊ ਜੀ। ਮੈਂ ਕਹਿਣਾ ਇਹ ਚਾਹ ਰਹੀ ਸੀ ਕਿ ਵੈਕਸੀਨੇਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ, ਸਾਡੇ ਅਜੇ ਇੱਥੇ ਮਾਸਕ ਹੀ ਨਹੀਂ ਪਾਉਣਾ ਚਾਹੁੰਦੇ। ਸੋ ਜੇ ਮਾਸਕ ਪਾ ਲਿਆ ਦਾ ਤਾਂ ਸ਼ਾਇਦ ਇਹ ਬਿਮਾਰੀ ਇੰਨੀ ਫੈਲਣੀ ਹੀ ਨਹੀਂ ਸੀ। ਜੀ 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 ਜੀ। ਦੂਸਰੀ ਚੀਜ਼ ਜੋ ਕਿਹਾ ਗਿਆ ਕਿ ਬਲੈਕ ਫੰਗਸ ਬਾਰੇ ਸਰਕਾਰ ਜਾਣਕਾਰੀ ਨਹੀਂ ਦੇ ਰਹੀ, ਤਾਂ ਗੱਲ ਇਹ ਹੈ ਕਿ ਸਰਕਾਰਾਂ ਨੇ ਹਾਲੇ ਤੱਕ ਸਾਡੇ ਜਿਹੜੇ ਡਾਕਟਰ, ਸਾਡੀਆਂ ਨਰਸਿਸ, ਸਾਡੇ ਫਾਰਮਾਸਿਸਟ, ਸਾਡੇ ਕਰਮਚਾਰੀ ਜੋ ਕਲਾਸ 4 ਇੰਪਲੋਈਜ਼ ਜੋ ਇਸ ਡਿਊਟੀ ਦੌਰਾਨ ਦਿਆਂ, ਮੈਂ ਸ਼ਬਦ ਵਰਤਾਂਗੀ, ਸ਼ਹੀਦ ਹੋ ਗਏ ਨੇ ਕਿਉਂਕਿ ਇਹ ਜੰਗ ਬਗੈਰ ਹਥਿਆਰਾਂ ਦੇ ਸੀ। ਜੀ ਜੀ ਜੀ। ਤੇ ਉਹ ਵੀ ਅਜੇ ਉਹਨਾਂ ਦੀ ਵੀ ਜੋ ਉਹਨਾਂ ਦੇ ਇਲਾਜ ਤੇ ਲੱਖਾਂ ਜਾਂ ਕਰੋੜਾਂ ਲੱਗੇ ਨੇ, ਉਹ ਵੀ ਨਹੀਂ ਅਜੇ ਤੱਕ ਕੁਛ ਵੀ ਉਹਨਾਂ ਦਾ ਦਿੱਤਾ ਗਿਆ। ਜੀ ਜੀ। ਤੇ ਆਪਾਂ ਬਾਕੀ ਹੋਰ ਜਾਣਕਾਰੀ ਕੀ ਕਰੀਏ, ਤੇ ਸਾਡਾ ਕਿਰਦਾਰ ਅਜਿਹਾ ਹੋ ਗਿਆ ਕਿ ਜਿੱਥੇ ਜਦੋਂ ਪਤਾ ਲੱਗੇ ਇਹ ਦਵਾਈ ਦੀ ਲੋੜ ਹੈ, ਤਾਂ ਅਸੀਂ ਉਹਨੂੰ ਕਈ ਗੁਣਾ, ਯਾਨੀ ਜੇ 1800 ਦੀ ਹੈ ਤਾਂ 1.5 ਲੱਖ ਦੀ ਦਵਾਈ ਕਰ ਦੇਵਾਂਗੇ। ਕਾਲਾ ਬਾਜ਼ਾਰੀ ਸਿਖਰਾਂ ਤੇ ਹੈ ਜੀ, ਸਦਕਾ ਅਸੀਂ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਨੇ, ਕਾਰਨ ਉਹ ਵੀ ਇੱਕ ਬਹੁਤ ਵੱਡਾ ਜੀ। ਜੀ ਡਾਕਟਰ ਸਾਹਿਬ, ਮੈਂ ਇੱਕ ਹੋਰ ਕਾਲਰ ਜੁੜ ਗਏ ਨੇ ਆਪਣੇ ਨਾਲ, ਫਿਰ ਅਗਲਾ ਕੁਐਸਚਨ ਲੈਂਦੇ ਹਾਂ। ਜੀ ਸਰਦਾਰ ਅਮਰੀਕ ਸਿੰਘ ਜੀ, ਤੁਸੀਂ ਆਨ ਏਅਰ ਹੋ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਗੁਰਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਡਾਕਟਰ ਸਾਹਿਬ ਨੂੰ ਜਾਣਦਾ, ਇਹਨਾਂ ਨੇ ਇੰਨੀ ਸੋਹਣੀ ਇਨਫੋਰਮੇਸ਼ਨ ਦਿੱਤੀ ਆ ਜਿਹੜੀ ਕਿ ਸਾਨੂੰ ਉੱਥੋਂ ਦੇ ਹਾਲਾਤ ਸੁਣ ਕੇ, ਇਹ ਕੰਪਨੀ ਜੀ ਹੁੰਦੀ ਆ, ਅਸੀਂ ਅਰਦਾਸ ਕਰਦੇ ਹਾਂ ਡਾਕਟਰ ਸਾਹਿਬ ਦੀ ਚੜ੍ਹਦੀ ਕਲਾ ਹੋਵੇ, ਜਿਸ ਤਰ੍ਹਾਂ ਇਹ ਯੁੱਧ ਕਰ ਰਹੇ ਆ, ਇਹੋ ਜਿਹੇ ਹਾਲਾਤ ਦੇ ਵਿੱਚ ਵੀ ਸਾਡੀ ਹਮੇਸ਼ਾ ਅਰਦਾਸ ਆ ਕਿ ਚੜ੍ਹਦੀ ਕਲਾ ਚੋਣ, ਅਸੀਂ ਇਹਨਾਂ ਨੂੰ ਜੀ ਆਣ ਕਹਿੰਦੇ ਹਾਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਿੰਦਰ ਕੌਰ ਜੀ ਦਾ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਧੰਨਵਾਦ ਅਮਰੀਕ ਸਿੰਘ ਜੀ, ਤੁਹਾਡਾ ਤਾਂ ਕਾਲ ਕਰਨਾ। ਡਾਕਟਰ ਸਾਹਿਬ, ਇਹ ਸਾਡੇ ਮਾਣਮੱਤੇ ਸਰਦਾਰ ਅਮਰੀਕ ਸਿੰਘ ਪੰਨੂ ਨੇ ਇੱਕ ਰੋਜ਼ ਜਾਂ ਗਾਹੇ ਬਗਾਏ ਕਾਲ ਕਰਕੇ ਵੈਲਕਮ ਕਰਦੇ ਰਹਿੰਦੇ ਨੇ। ਦੂਸਰੇ ਕਾਲਰ ਜਿਹੜੇ ਮਾਣਮੱਤੇ ਆ, ਟਰੇਸੀ ਸਿਟੀ ਦੇ ਪਲਾਨਿੰਗ ਕਮਿਸ਼ਨਰ ਗੁਰਤੇਜ ਅਟਵਾਲ ਜੀ ਸੀਗੇ, ਉਹਨਾਂ ਦਾ ਵੀ ਧੰਨਵਾਦ। ਡਾਕਟਰ ਸਾਹਿਬ, ਮੁੱਦੇ 'ਤੇ ਆਈਏ ਆਪਾਂ, ਤੁਸੀਂ ਕਿਹਾ ਸੀ ਬਿਨਾਂ ਹਥਿਆਰਾਂ ਤੋਂ ਜੰਗ ਲੜ ਰਹੇ ਹਾਂ, ਮੈਂ ਵੀ ਦੇਖਿਆ, ਨੋਟ ਵੀ ਕੀਤਾ, ਬਜਟ ਦੀ ਪ੍ਰੋਬਲਮ ਹੈ। ਇੱਕ ਇੰਟਰਵਿਊ 'ਚ ਮੈਂ ਤੁਹਾਨੂੰ ਸੁਣਿਆ ਸੀ ਅਤੇ ਫਿਰ ਮੈਂ ਪੜ੍ਹਿਆ ਵੀ ਸੀ ਕਿਤੇ ਸੋਸ਼ਲ ਮੀਡੀਆ 'ਤੇ, ਤੁਸੀਂ ਇੱਕ ਗੱਲ ਮੈਨਸ਼ਨ ਕੀਤੀ ਸੀ ਡਾਕਟਰ ਸਾਹਿਬ ਕਿ ਜੇ ਆਪਾਂ, ਚਲੋ ਆਪਾਂ ਪੂਰੇ ਇੰਡੀਆ ਦੀ ਗੱਲ ਕਰ, ਪੰਜਾਬ ਗੌਰਮੈਂਟ ਦੇ ਮੰਤਰੀਆਂ ਦੀ ਗੱਲ ਕਰ ਲਈਏ, ਜਨਰਲ ਸੈਕਟਰੀਆਂ ਦੀ ਗੱਲ ਕਰ ਲਈਏ, ਕਿ ਉਹ ਜੇ ਆਪਣਾ ਇਲਾਜ ਕਰਾਉਣ ਅਬਰਾਡ ਨਾ ਜਾਣ, ਓਵਰਸੀਜ਼ ਨਾ ਜਾਣ, ਬਾਹਰਲੀਆਂ ਕੰਟਰੀਆਂ 'ਚ ਨਾ ਜਾਣ, ਤਾਂ ਉਹ ਇੱਥੇ ਹੀ ਇਲਾਜ ਕਰਾ ਲੈਣ, ਉਹ ਜਿਹੜਾ ਪੈਸੇ ਦੀ ਅਸੀਂ ਹਰ ਪਿੰਡ 'ਚ ਡਿਸਪੈਂਸਰੀ ਖੋਲ੍ਹ ਸਕਦੇ ਹਾਂ, ਕਿ ਇੰਨਾ ਵੱਡਾ ਬਜਟ ਉਹ ਇਸ ਚੀਜ਼ਾਂ 'ਚ ਲੈ ਜਾਂਦੇ ਨੇ ਵਾਕਈ? ਹਰਸ਼ਿੰਦਰ ਕੌਰ ਜੀ, ਡਾਕਟਰ ਸਾਹਿਬ
जी बिल्कुल क्योंकि जेड़ा आरटीआई दे अधीन जो अखबारां विच छपदा जे मैं ओ सिर्फ फिगर्स दस दिनी हां जिथे करोड़ां दा बजट दिसदा है कि ए जो सियासतदान या आईएएस या आईपीएस या रसूखवान जो जांदे ने अपना इलाज करवान वतनों पार जी। अपना अपने रिश्तेदारां दा अपने जो नाल जिन्हां दा कोई उत्थे तक पहुंच हुंदी होवे सारिआं दा करोड़ां दा बजट है ਜਿਹੜੇ ਨਾਲ ਤੁਸੀਂ ਸਮਝ ਸਕਦੇ ਹੋ ਹਰ ਪਿੰਡ ਵਿੱਚ ਇੱਕ ਵਰਲਡ ਲੈਵਲ ਅਸੀਂ ਡਿਸਪੈਂਸਰੀ ਖੋਲ ਸਕਦੇ ਹਾਂ ਜਿੱਥੇ ਬੇਸਿਕ ਹੈਲਥ ਕੇਅਰ ਮਿਲ ਸਕਦੀ ਹੋਵੇ ਜੀ ਤੇ ਜਿੰਨਾ ਚ ਖਰਚਾ ਸਾਡੇ ਅੱਜ ਦੇ ਦਿਨ ਆਨਲਾਈਨ ਕਿਉਂਕਿ ਸਾਰਾ ਕੰਮ ਹੋ ਰਿਹਾ ਮੈਂ ਗੱਲ ਇਹ ਵੀ ਕੀਤੀ ਸੀ ਕਿ ਜੇ 77 ਸਹਿਬਾਨ ਵੀ ਸਾਰੇ ਸਾਡੇ ਆਪਣੀ ਜ਼ਿੰਮੇਵਾਰੀ ਮੰਨਦੇ ਆ ਕਿ ਪੰਜਾਬ ਕਰਜ਼ਈਏ ਚ ਫੇਰੇ ਮੌਤਾਂ ਔਨ ਹਿਊਮੈਨੀਟੇਰੀਅਨ ਗਰਾਊਂਡਸ ਆਪਣੀਆਂ ਸਿਰਫ ਕਾਰਾਂ ਦਾ ਖਰਚਾ ਪੈਟਰੋਲ ਦਾ ਖਰਚਾ ਡਰਾਈਵਰ ਦਾ ਖਰਚਾ ਹੀ ਛੱਡ ਦੇਣ ਤਾਂ ਅਸੀਂ ਇੱਕ ਇੱਕ ਐਂਬੂਲੈਂਸ ਤਿਆਰ ਕਰ ਸਕਦੇ ਹਾਂ ਇੱਕ ਪਿੰਡ ਤੋਂ ਫ੍ਰੀ ਵਰਲਡ ਲੈਵਲ ਜਿਹੜੀ ਉਹਨਾਂ ਨੂੰ ਪਹੁੰਚਾ ਸਕਦੀ ਹੈ ਜੋ ਅੱਜ ਪਟਿਆਲੇ ਤੋਂ ਜਲੰਧਰ ਜਾਣ ਵਿੱਚ 1.5 ਲੱਖ ਲੈ ਰਹੀ ਹੈ ਓ ਹੋ 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 ਤੁਸੀਂ ਗੱਲ ਕੀਤੀ ਸੀ ਲੱਕੜਾਂ ਦੀ 200 ਰੁਪਏ ਕੁਇੰਟਲ ਤੋਂ 3200 ਰੁਪਏ ਕੁਇੰਟਲ ਹੋ ਗਿਆ ਜਿਹੜਾ ਇੱਕ ਉੱਥੇ ਪਾਂਡਾ ਬੈਠਦਾ ਉਹ ਲੈਂਦਾ ਜੇ 25000 ਇੱਕ ਲਾਸ਼ ਦੇ ਲਈ ਉੱਥੇ ਕਰਾਉਣ ਲਈ ਅਰਦਾਸ ਜ਼ਰਾ ਅੰਦਾਜ਼ਾ ਲਾ ਲਓ ਜਿਸ ਘਰ ਵਿੱਚ 2 ਜਾਂ 3 ਮੌਤਾਂ ਹੋਣ ਉਹਨਾਂ ਲਈ ਤਾਂ ਮਰਨਾ ਵੀ ਗੁਨਾਹ ਹੋ ਚੁੱਕਾ ਹੈ ਹਿਊਮੈਨਿਟੀ ਕਿੱਥੇ ਹੈ ਜੀ ਡਾਕਟਰ ਸਾਹਿਬ ਤੁਸੀਂ ਹੁਣ ਗੱਲ ਕੀਤੀ ਆਪਾਂ ਕਿਸੇ ਧਰਮ ਵਿਰੁੱਧ ਨਹੀਂ ਗੱਲ ਕਰ ਰਹੇ ਤੁਸੀਂ ਕਿਹਾ ਕਿ ਉਹ ਬੈਠਾ ਹੈ ਤਾਂ ਉਹ 25000 ਲੈਂਦਾ ਇੱਕ ਸਰਦਾਰ ਜੀ ਨਾਲ ਮੇਰੀ ਗੱਲ ਹੋਈ ਸੀ ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ ਔਰ ਮੈਂ ਇਹ ਵੀ ਨਹੀਂ ਕਹੂੰਗਾ ਕਿ ਇੰਡੀਆ ਦੇ ਕਿਹੜੇ ਪਾਰਟਸ ਹੈ ਉੱਥੇ ਸਭ ਸੰਪਰਦਾਵਾਂ ਦੇ ਸਭ ਧਰਮਾਂ ਦੇ ਲੋਕ ਬੈਠੇ ਉਹ ਕਹਿੰਦਾ ਡੈਥ ਹੁੰਦੀ ਕੋਈ ਸੰਸਕਾਰ ਕਰਾਉਣ ਨਹੀਂ ਆਉਂਦਾ ਉਹ ਕਹਿੰਦਾ ਕਿ ਜੇ ਕੋਈ ਮੁਸਲਿਮ ਭਰਾ ਭੈਣ ਚਲੀ ਜਾਂਦੀ ਹੈ ਤਾਂ ਮੈਂ ਮਨ 'ਚ ਆਪਦੇ ਕੋਲੋਂ ਹੀ ਅਰਦਾਸ ਕਰ ਦਿੰਦਾ ਕਿਉਂਕਿ ਕੋਈ ਨੇੜੇ ਨਹੀਂ ਆਉਂਦਾ ਤਾਂ ਉਹਦਾ ਕਰ ਦਿੰਦਾ ਕੋਈ ਹਿੰਦੂ ਭਾਈ ਚੱਲ ਜਾਂਦਾ ਤਾਂ ਵੀ ਮੈਂ ਆਪਦੇ ਮਨ 'ਚ ਅਰਦਾਸ ਕਰਕੇ ਉਹਦਾ ਕਰ ਦਿੰਦਾ ਹਾਂ ਕਹਿੰਦਾ ਉਹ ਮੈਂ ਪਿਛਲੇ ਉਹ ਘੱਟੋ ਘੱਟ 25 ਦਿਨਾਂ ਤੋਂ ਇਹ ਕੰਮ 'ਤੇ ਲੱਗਾ ਹੋਇਆ ਹੈ ਇਹੋ ਜਿਹੇ ਬੰਦੇ ਸ਼ਾਇਦ ਘੱਟ ਲੱਭਦੇ ਆ ਡਾਕਟਰ ਸਾਹਿਬ ਨਾ ਤੁਹਾਡੇ ਪ੍ਰੋਗਰਾਮ ਰਾਹੀਂ ਧੰਨਵਾਦ ਕਰਨਾ ਚਾਹੁੰਦੀ ਹਾਂ ਤਜਿੰਦਰ ਰੰਧਾਵਾ ਜੀ ਤੇ ਕੁਲਵੰਤ ਕੌਰ ਗਿੱਲ ਜੀ ਨੇ ਜੀ ਡਾਕਟਰ ਸਿੰਘ ਜੋ ਕਿ ਉੱਥੇ ਹਾਂਜੀ ਅਮਰੀਕਾ ਨੇ ਇੱਕ ਕੈਨੇਡਾ ਨੇ ਮੈਂ ਇਸ ਕਰਕੇ ਗੱਲ ਕੀਤਾ ਹੈ ਉਹਨਾਂ ਦੀ ਤੇ ਉਹਨਾਂ ਨੇ 4 ਲੱਖ ਰੁਪਿਆ ਪੱਲਿਓਂ ਇੱਕ ਤਾਂ ਭੇਜਿਆ ਜਿਹੜਾ ਉਹ ਸਾਡਾ ਜਿਸ ਤੁਸੀਂ ਡਾਕਟਰ ਦਾ ਨਾਮ ਲਿਆ ਉਸਦੇ ਇਲਾਜ ਵਾਸਤੇ ਸਰਕਾਰ ਨੇ 1 ਵੀ ਰੁਪਈਆ ਨਹੀਂ ਦਿੱਤਾ ਤੇ ਦੂਜੇ ਸਾਡੇ ਭੈਣ ਜੀ ਜਿਨ੍ਹਾਂ ਦਾ ਦਿਲੋਂ ਧੰਨਵਾਦ 80 ਸਾਲ ਦੀ ਉਹਨਾਂ ਦੀ ਉਮਰ ਹੈ ਉਹਨਾਂ ਦੇ ਦਿਲ 'ਚ ਪੀੜ ਜਾਗੀ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਇੱਥੇ ਡਾਕਟਰ ਤੇ ਮਰੀਜ਼ਾਂ ਲਈ ਪੀਣ ਲਈ ਪਾਣੀ ਨਹੀਂ ਤਾਂ ਉਹ ਪਾਣੀ ਦਾ ਸਾਡਾ ਪ੍ਰਬੰਧ ਉੱਤੇ ਜਿਹੜਾ ਇਕਾਰੋ ਸਿਸਟਮ 'ਚੋਂ ਲਾਇਆ ਤੇ ਇੱਕੋ ਪੀਣ ਲਈ ਲਗਵਾਇਆ ਉਹ ਉਹਨਾਂ ਸਦਕਾ ਲੱਗ ਸਕਿਆ ਜੀ 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 ਡਾਕਟਰ ਸਾਹਿਬ ਬਹੁਤ ਲੋਕ ਆਪਣੇ NRI ਬੈਠੇ ਆ ਹੁਣ ਮੇਰਾ ਕੁਐਸਚਨ ਉਸ 'ਤੇ ਆ ਰਿਹਾ ਆ ਕਿ ਇੱਥੋਂ ਵੀ ਸੰਸਥਾਵਾਂ ਨੇ ਇੱਥੇ ਵੀ ਸੰਸਥਾਵਾਂ ਨੇ ਬਹੁਤ ਲੋਕ ਕਿਉਂਕਿ ਹਰੇਕ ਨੂੰ ਪੀੜ ਆ ਆਪਦੇ ਪਿੰਡ ਦੀ ਆਪਦੇ ਸ਼ਹਿਰ ਦੀ ਆਪਦੇ ਸਟੇਟ ਦੀ ਆਪਦੇ ਦੇਸ਼ ਦੀ ਅਸੀਂ ਪੋਲੀਟੀਕਲ ਮੁੱਦਿਆਂ 'ਤੇ ਲੱਖ ਅਸੀਂ ਕਿਸੇ ਨੂੰ ਭੰਡ ਲਈਏ ਸਾਡੀਆਂ ਸਰਕਾਰਾਂ ਨੂੰ ਮੰਤਰੀਆਂ ਨੂੰ ਅਸੀਂ ਬਾਹਰ ਬਹਿ ਕੇ ਚਾਹੇ ਭੰਡ ਲਈਏ ਉਹ ਵੀ ਕਿਸੇ ਮੁੱਦਿਆਂ 'ਤੇ ਉੱਦਾਂ ਨਹੀਂ ਪਰ ਜਿਹੜਾ ਇਨਸਾਨੀਅਤ ਹੈ ਕੱਲ੍ਹ ਮੇਰੇ ਨਾਲ ਮਾਨਯੋਗ ਰਮਨ ਦੱਤ ਜੀ ਜੁੜੇ ਹੋਏ ਸੀ ਜਲੰਧਰ ਤੋਂ ਉਹ ਕਹਿੰਦੇ ਕਿ ਕੋਈ ਵੀ ਬੁਰਾਈ ਉਨੇ ਚਿਰ ਖਤਮ ਨਹੀਂ ਹੋਊਗੀ ਜਿੰਨੇ ਚਿਰ ਆਪਾਂ ਆਪ ਨਿਕਲ ਕੇ ਬਾਹਰ ਨਹੀਂ ਆਵਾਂਗੇ ਆਪਾਂ ਡਾਕਟਰ ਸਾਹਿਬ ਮੇਰੇ ਕੋਲ ਇੱਕ ਕੁਐਸਚਨ ਇਹ ਆ ਉਹਦਾ ਆਂਸਰ ਤੁਸੀਂ ਤਿਆਰ ਰੱਖਿਓ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਲਵਾਂਗੇ ਕਿ NRI ਬਹੁਤ ਸਭਾਵਾਂ ਨੇ ਜਿਹੜੀਆਂ ਪੈਸੇ ਭੇਜਦੀਆਂ ਨੇ ਪਰ ਰਿਪੋਰਟਾਂ ਇਹ ਆ ਰਹੀਆਂ ਕਿ ਉਹ ਸਹੀ ਥਾਂ ਜਾ ਹੀ ਨਹੀਂ ਰਿਹਾ ਉਹ ਕਿਤੇ ਹੋਰ ਲੱਗ ਰਿਹਾ ਉਹਦਾ ਕੀ ਸਲਿਊਸ਼ਨ ਹੈ ਤੁਸੀਂ ਜ਼ਰੂਰ ਦੱਸਣਾ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ ਬਹੁਤ ਸੋਹਣਾ ਐਲੈਬੋਰੇਸ਼ਨ ਕਰ ਰਹੇ ਨੇ ਹਰ ਮੁੱਦੇ 'ਤੇ ਆਪਾਂ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਲਈ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਸਾਡੇ ਨਾਲ ਜੁੜੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਹਾਂਜੀ ਹਾਂਜੀ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਡਾਕਟਰ ਪੰਨੂ ਡਾਕਟਰ ਹਰਸ਼ਿੰਦਰ ਕੌਰ ਜੀ ਆਉਂਦੇ ਰਹੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਡਾਕਟਰ ਹਰਸ਼ਿੰਦਰ ਜੀ ਨੇ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਅਸੀਂ ਆਪਣਾ ਬੇਸਿਕ ਢਾਂਚਾ ਮੈਡੀਕਲ ਦਾ ਜਾਂ ਇਨਫਰਾਸਟ੍ਰਕਚਰ ਹੈ ਗਵਰਨਮੈਂਟ ਕਿੱਦਾਂ ਹੈਲਪ ਕਰੇ ਤੇ ਪਬਲਿਕ ਕਿੱਦਾਂ ਸਾਥ ਦੇਵੇ ਤਾਂ ਕਿ ਇਹ ਬੇਸਿਕ ਮਿਨੀਮਮ ਮੈਡੀਕਲ ਫੈਸਿਲਿਟੀ ਲੋਕਾਂ ਨੂੰ ਦਿੱਤੀ ਜਾ ਸਕੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਤੁਸੀਂ ਕਾਲ ਕੀਤੀ ਆਨਸਰ ਸੁਣੋ ਹੁਣ ਜੀ ਬਿਲਕੁਲ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਸਵਾਲ ਪੁੱਛਿਆ ਦਰਅਸਲ ਸਾਡੇ NRI ਵੀਰਾਂ ਵੱਲੋਂ ਬਹੁਤ ਸਾਰੇ ਪਿੰਡਾਂ ਦੀਆਂ ਸੜਕਾਂ ਪੱਕੀਆਂ ਕੀਤੀਆਂ ਜਾ ਚੁੱਕੀਆਂ ਨੇ ਲਾਈਟਾਂ ਲਾਈਆਂ ਜਾ ਚੁੱਕੀਆਂ ਨੇ ਸਕੂਲਾਂ ਦੇ ਵਿੱਚ ਬੈਂਚ ਪ੍ਰੋਵਾਈਡ ਕੀਤੇ ਗਏ ਨੇ ਸਕੂਲਾਂ ਵਿੱਚ ਪਾਣੀ ਪੀਣ ਦਾ ਮੁਹੱਈਆ ਕਰਵਾਇਆ ਗੁਸਲਖਾਨੇ ਬਣਾਏ ਨੇ ਉਹਨਾਂ ਤੇ ਸਪੋਰਟਸ ਕਰਾਏ ਨੇ
ਕੁੜੀਆਂ ਦਾ ਵਿਆਹ ਕਰਾਇਆ, ਬਹੁਤ ਖਰਚਾ ਕੀਤਾ, ਪਰ ਮੇਰਾ ਖਿਆਲ ਹੈ ਜੇ ਹੁਣ ਕਿਤੇ ਖਰਚਾ ਕਰਨਾ ਹੋਏ ਤਾਂ ਪਿੰਡ ਦੀ ਡਿਸਪੈਂਸਰੀ ਵਧੀਆ ਬਣਾਉਣੀ ਸਭ ਤੋਂ ਪਹਿਲ ਇਹ ਹੋਣੀ ਚਾਹੀਦੀ ਹੈ। ਜੀ ਜੀ ਪਿੰਡ ਪੱਧਰ ਤੇ ਘੱਟੋ ਘੱਟ ਇੱਕ ਜੇ ਐਂਬੂਲੈਂਸ ਵੈਨ ਪ੍ਰੋਪਰ ਸਾਡੇ ਕੋਲ ਹੁੰਦੀ ਤਾਂ ਸ਼ਾਇਦ ਅੱਜ ਇੰਨੀਆਂ ਲਾਸ਼ਾਂ ਨਾ ਵਿਛੀਆਂ ਹੁੰਦੀਆਂ। ਸੋ ਪ੍ਰਾਇਓਰਿਟੀ ਸਾਨੂੰ ਇਸ ਵੇਲੇ ਦੇਖਣੀ ਚਾਹੀਦੀ ਹੈ ਕਿ ਇਹ ਜੇ ਇੱਕ ਵਾਰ ਜਾਂ ਦੋ ਵਾਰ ਹੋਈ ਹੈ ਤਾਂ ਤੀਸਰੀ ਜੇ ਅਜੇ ਸਾਨੂੰ ਦਿਸਦਾ ਪਿਆ ਅੱਗੋਂ ਫਿਰ ਆ ਸਕਦੀ ਹੈ ਜੀ, ਤਾਂ ਹੁਣ ਇਸ ਬੇਸ ਤੇ ਕਰੀਏ ਜੋ ਪਹਿਲ ਹੈ। ਤੇ ਦੂਜੀ ਬਹੁਤ ਇੰਪੋਰਟੈਂਟ ਗੱਲ, ਕਿਉਂਕਿ ਐਨਆਰਆਈ ਵੀਰਾਂ ਭੈਣਾਂ ਦੀ ਆਵਾਜ਼ ਇੱਥੇ ਸਾਰੇ ਸੁਣਦੇ ਨੇ ਜੀ, ਅੱਗੇ ਤੋਂ ਜਦੋਂ ਕੋਈ ਸਿਆਸਤਦਾਨ ਤੁਹਾਡੇ ਕੋਲ ਪਹੁੰਚੇ ਜਾਂ ਕੋਈ ਵੱਡਾ ਸਰਕਾਰੀ ਅਫਸਰ ਇੱਕੋ ਹੀ ਸਵਾਲ ਪੁੱਛੋ, ਤੁਸੀਂ ਕਦੇ ਸਰਕਾਰੀ ਹਸਪਤਾਲਾਂ ਵਿੱਚ ਤੁਹਾਡੇ ਰਿਸ਼ਤੇਦਾਰਾਂ ਨੇ ਬੱਚਿਆਂ ਨੇ ਜਾਂ ਤੁਸੀਂ ਕਦੇ ਇਲਾਜ ਕਰਵਾਇਆ ਹੈ? ਜੀ 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 ਜੇ ਨਹੀਂ ਤਾਂ ਕਿਉਂ? ਕਿਉਂ? ਬਹੁਤ ਵੱਡੀ ਗੱਲ ਹੈ ਜੇ ਇੰਨਾ ਹੀ ਪ੍ਰੈਸ਼ਰ ਪਾ ਦਿਓਗੇ ਤਾਂ ਹਸਪੀਟਲਸ ਦੀ ਇੰਪਰੂਵਮੈਂਟ ਹੋਏਗੀ। ਪੰਜਾਬ ਵਿੱਚ ਮੈਡੀਕਲ ਕਾਲਜ ਬੰਦ ਹੋ ਰਹੇ ਨੇ, ਤੁਹਾਨੂੰ ਦਿਸ ਰਿਹਾ ਕਿ ਸਿਹਤ ਸੇਵਾਵਾਂ ਆਲਮੋਸਟ ਜਿਸ ਹਾਲ ਵਿੱਚ ਜਾ ਰਹੀਆਂ ਨੇ, ਇਹਨਾਂ 'ਚ ਇੰਪਰੂਵਮੈਂਟ ਦੀ ਲੋੜ ਹੈ। ਲੋਕ ਸਿਰਫ ਤਾਂ ਹੀ ਜਾਗਰੂਕ ਹੋਣਗੇ ਜੇ ਉਹਨਾਂ ਨੂੰ ਇਸ ਪ੍ਰਤੀ ਜਾਣਕਾਰੀ ਦਿੱਤੀ ਜਾਏਗੀ। ਉਹਨਾਂ ਨੂੰ ਸਿਰਫ ਮੁਫਤ ਬਿਜਲੀ ਪਾਣੀ ਵਿੱਚ ਰੋਲ ਦਿੱਤਾ ਗਿਆ ਹੈ ਜੀ ਜੀ ਜੀ, ਇਸ ਪੱਖ ਵੱਲ ਖਿਆਲ ਹੀ ਨਹੀਂ ਆਉਂਦਾ ਜੀ ਜੀ। ਡਾਕਟਰ ਸਾਹਿਬ ਆਪਣੇ ਨਾਲ ਡਾਕਟਰ ਬਾਜਵਾ ਸ਼ਿਕਾਗੋ ਤੋਂ ਜੁੜ ਗਏ, ਉਹਨਾਂ ਦਾ ਕੁਐਸਚਨ ਲੈ ਲਈਏ। ਡਾਕਟਰ ਬਾਜਵਾ ਬਹੁਤ ਬਹੁਤ ਧੰਨਵਾਦ, ਤੁਸੀਂ ਆਉਣੇ ਰਹੋ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ ਗੁਰਲਾਲ ਜੀ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਔਰ ਸਤਿ ਸ੍ਰੀ ਅਕਾਲ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਵੀ, ਬਹੁਤ ਚੰਗੀ ਬੇਬਾਕ ਇਨਫੋਰਮੇਸ਼ਨ ਦੇ ਰਹੇ ਹੈ ਜੀ। ਤੇ ਜਿਹੜੇ ਆਪਣੇ ਪੋਲੀਟੀਸ਼ੀਅਨ ਹੈ, ਬੜੀ ਬੇਦਰਦੀ ਆ ਉਹਨਾਂ ਨੂੰ ਪਬਲਿਕ ਦੇ ਫੰਡਸ ਦੀ, ਜਿਹੜਾ ਸਾਡਾ ਟੈਕਸ ਮਨੀ ਹੈ। ਰੱਬ ਕਰੇ ਵੀ ਇਹ ਹੁਣ ਛੱਡ ਦੇਣ, ਮੇਰਾ ਖਿਆਲ ਤਾਂ ਕਾਫੀ ਕੁਛ ਇਹਨਾਂ ਨੇ ਲੁੱਟ ਲਿਆ, ਹੁਣ ਟਾਈਮ ਆ ਗਿਆ ਕੁਛ ਪਬਲਿਕ ਦਾ ਵੀ ਕਰ ਦੇਣ। ਚਲੋ ਉਸ ਗੱਲ ਨੂੰ ਹੁਣ ਛੱਡ ਕੇ ਮੇਰਾ ਸਵਾਲ ਹੈ ਡਾਕਟਰ ਸਾਹਿਬ ਨੂੰ, ਇਹ ਜਿਹੜੀ ਰਾਮਦੇਵ ਇੰਨੀਆਂ ਗਲਤ ਖਬਰਾਂ ਕਰ ਰਿਹਾ ਹੈ, ਇਹ ਕਿੰਨੀਆਂ ਇਹਦੀਆਂ ਦਵਾਈਆਂ ਜਿਹੜੀਆਂ ਕਰੋਨਾ ਦੇ ਵਿੱਚ ਹੈਲਪਫੁਲ ਹੈ? ਉਹ ਲੱਗਦਾ ਤੇ ਹੈ ਕਿ ਦੁਨੀਆ ਨੂੰ ਤਾਂ ਕਦੀ ਐਂਟੀਵਾਇਰਲ ਡਰੱਗਸ ਕਦੀ ਕਦਾ ਹੀ ਲੱਭਦੀ, ਇਹਦੇ ਵਾਸਤੇ ਤਾਂ ਦਵਾਈਆਂ ਹੁੰਦੀਆਂ ਹੀ ਨਹੀਂ। ਉਹਦੀਆਂ ਜੜੀ ਬੂਟੀਆਂ ਇਹ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਔਰ ਇਹ ਆਪਣੇ ਸੈਂਟਰਲ ਗੌਰਮੈਂਟ ਦੇ ਦੂਜੇ ਲੋਕ ਬੈਠੇ ਹੈ, ਕੋਈ ਉਹਦੇ ਨਹੀਂ ਬੋਲਦੇ। ਦੇਖੋ ਹੁਣ IMA ਬੋਲੀ ਹੈ, ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ। ਸੋ ਮੈਂ ਡਾਕਟਰ ਸਾਹਿਬ ਤੋਂ ਚਾਹੂੰਗਾ ਥੋੜ੍ਹਾ ਜਿਹਾ ਇੱਥੇ ਐਲੈਬੋਰੇਟ ਕਰਨ। ਥੈਂਕ ਯੂ ਜੀ। ਥੈਂਕ ਯੂ ਡਾਕਟਰ ਬਾਜਵਾ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ। ਹਾਂਜੀ ਹਾਂਜੀ ਜੀ ਡਾਕਟਰ ਸਾਹਿਬ, ਦੇਖੋ ਜਦੋਂ ਕਿਸੇ ਨੂੰ ਸਪੋਰਟ ਹੀ ਪੋਲੀਟੀਕਲ ਲੀਡਰਸ ਦੀ ਹੋਏ ਜੀ, ਤਾਂ 17 ਕਹਿਣਾ ਚਾਹੁੰਦੀ ਹਾਂ ਕਿ ਲੇਕਰ ਆਏ ਥੇ ਆਜ਼ਾਦੀ ਕੋ ਦੁਲਹਨ ਬਣਾ ਕੇ ਹਮ ਜੀ, ਕੁਛ ਨੇਤਾਓਂ ਨੇ ਉਸੇ ਤਵਾਇਫ ਬਣਾ ਦਿਆ ਜੀ ਜੀ ਜੀ। ਵੱਧ ਕੀ ਆਖਾਂ ਕਿ ਜਿਨ੍ਹਾਂ ਨੇ ਜਦੋਂ ਪ੍ਰਮੋਟ ਹੀ ਕਰਨ ਵਾਲੇ ਇਹ ਹੋਣ, ਮੈਂ ਕਿਸੇ ਰਿਲੀਜਨ ਦੇ ਖਿਲਾਫ ਨਹੀਂ ਹਾਂ, ਮੇਰੇ ਨਾਨਾ ਜੀ ਹਿੰਦੂ ਧਰਮ ਤੋਂ ਹੀ ਕਨਵਰਟ ਹੋਏ ਸਨ ਸਿੱਖ ਦੇ ਵਿੱਚ, ਪ੍ਰੋਫੈਸਰ ਸਾਹਿਬ ਸਿੰਘ, ਸੋ ਮੇਰੇ ਅੰਦਰ ਲਹੂ ਜੇ ਸਾਰਿਆਂ ਦਾ, ਮੈਂ ਨਾ ਹਿੰਦੂ ਧਰਮ ਦੇ ਵਿਰੁੱਧ ਆ ਨਾ ਕਿਤੇ ਸਿੱਖ ਧਰਮ ਦੇ, ਕੁਛ ਕਿਸੇ ਧਰਮ ਦੇ ਵਿਰੁੱਧ ਨਹੀਂ, ਪਰ ਇਹ ਕਿਹੜਾ ਧਰਮ ਦੱਸਦਾ ਹੈ ਕਿ ਦੂਜੇ ਨੂੰ ਖਤਮ ਕਰਕੇ ਫਿਰ ਅਸੀਂ ਅਗਾਂਹ ਲੰਘਣਾ ਹੈ? ਸੋ ਇਹ ਇੱਕ ਸੋਚ ਜਦੋਂ ਇੱਕ ਬੰਦੇ ਦੀ ਜੋ ਕੁਰਸੀ ਧਾਰੀ ਹੋ ਜਾਏ, ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਏ ਕਿ ਮੈਂ ਹਰ ਇੱਕ ਨੂੰ ਖਤਮ ਕਰ ਦੇਣਾ ਹੈ ਜਾਂ ਧਾਰਮਿਕ ਦੰਗੇ ਕਰਾ ਦੇਣੇ ਜਾਂ ਪਾੜ ਪਾ ਦੇਣਾ, ਉਦੋਂ ਲੋਕ ਜਾਗ ਜਾਂਦੇ ਨੇ, ਉਹ ਆਪਣੇ ਆਪ ਸਮਝਦੇ ਨੇ ਕਿ ਗਲਤ ਹੋ ਰਿਹਾ। ਉਹੀ ਹੁਣ ਹੌਲੀ ਹੌਲੀ ਅੱਤ ਦਾ ਅੰਤ ਹੁੰਦਾ, ਉਹੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਹੋ ਰਿਹਾ ਕਿ ਹੁਣ ਸਭ ਨੂੰ ਖਤਮ ਕਰਨਾ, ਦੱਬਣਾ, ਕੁਚਲਣਾ ਕਿਸੇ ਧਰਮ ਨੇ ਨਹੀਂ ਸਿਖਾਇਆ, ਸਗੋਂ ਆਪਸ ਚ ਮਿਲਵਰਤਨ ਸਿਖਾਈ ਹੈ। ਇੱਕ ਗੁਰਕਾ ਅੱਗੇ ਖਿਮਾ ਕਰਿਓ, ਅਸੀਂ ਕਿਉਂਕਿ ਇੱਥੇ ਨਾ ਹੀ ਉਹਨਾਂ ਨੂੰ ਸਲਵਾਰੀ ਬਾਬਾ ਜੀ ਕਿਹਾ ਜਾਂਦਾ, ਹਾਂਜੀ, ਸੋ ਉਹਨਾਂ ਨੇ ਇੰਨਾ ਕੁ ਹੁਣ ਇਸ ਵੇਲੇ ਅੱਤ ਕਰ ਦਿੱਤੀ ਹੈ ਕਿ ਜਿਹਦੇ ਚ ਉਹਨਾਂ ਨੇ ਆਪ, ਇਹ ਵੀ ਨਹੀਂ ਮੈਂ ਕਿਸੇ ਫੈਕਟਰੀ ਦੇ ਖਿਲਾਫ ਵੀ ਨਹੀਂ ਜੀ, ਪਰ ਉਹ ਆਯੁਰਵੈਦਿਕ ਉਹਨਾਂ ਨੇ ਕੀਤੀ ਨਹੀਂ ਹੋਈ ਸਟੱਡੀ। ਸੋ ਤੁਸੀਂ ਬਿਨਾ ਮਤਲਬ ਇੱਕ ਐਲੋਪੈਥੀ ਨੂੰ ਭੰਡੋ ਜਾਂ ਕਿਸੇ ਹੋਰ ਨੂੰ ਨੀਵਾਂ ਵਿਖਾਉਣ ਦਾ ਕੋਈ ਮਤਲਬ ਨਹੀਂ ਹੈ, ਜਦੋਂ ਸਾਰੇ ਡਾਕਟਰ ਜਾਨਾਂ ਗਵਾ ਕੇ ਵੀ ਇਸ ਨੂੰ ਬਚਾਉਣ 'ਚ ਜੁਟੇ ਨੇ, ਸਿਰਫ ਆਪਣੀਆਂ ਚੀਜ਼ਾਂ ਦੀ ਵੇਚਣ ਵਾਸਤੇ, ਉਸ ਤੇ ਖਰੀਦੋ ਫਰੋਖਤ ਵਿੱਚ ਫਾਇਦਾ ਲੈਣ ਲਈ ਪੋਲੀਟੀਕਲ ਮਾਈਲੇਜ ਲਈ ਜਾ ਰਹੀ ਹੋਵੇ ਤਾਂ ਉੱਕਾ ਹੀ ਗਲਤ ਹੈ ਜੀ ਜੀ। ਡਾਕਟਰ ਸਾਹਿਬ, ਉਸ ਜੇ ਐਪੀਸੋਡ ਲਾਉਣਾ ਹੋਵੇ ਕਿ ਉਸ ਬੰਦੇ ਵੱਲੋਂ ਇੱਕ ਦਵਾਈ ਬਣਾਈ ਜਾਂਦੀ ਹੈ, ਉਸ ਤੋਂ ਬਾਅਦ ਯੂਨੀਅਨ ਹੈਲਥ ਮਿਨਿਸਟਰ ਉਹਦੇ ਨਾਲ ਖੜਾ ਹੋ ਕੇ ਉਸ ਚੀਜ਼ ਨੂੰ ਵੈਰੀਫਾਈ ਕਰਦਾ ਵਿਦਆਊਟ ਗੈਟਿੰਗ ਅਪਰੂਵਲ ਫਰੋਮ WHO, ਉਹ ਚੀਜ਼ਾਂ ਬਹੁਤ ਨੇ। ਆਪਾਂ ਛੱਡ ਦਈਏ, ਕਿਸ ਦਿਨ ਮੈਂ ਸਪੈਸ਼ਲ ਕੁਐਸਚਨ ਪੁੱਛੂੰਗਾ ਤੁਹਾਨੂੰ ਲਿਆ ਕੇ, ਕਿਸ ਦਿਨ ਤਕਲੀਫ ਦਊਂਗਾ ਤੁਹਾਨੂੰ। ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣਾ ਐਲੈਬਰੇਸ਼ਨ ਕੀਤਾ।
ਮੈਨੂੰ ਪਹਿਲਾਂ ਡਾਕਟਰ ਚਰਨਜੀਤ ਸਿੰਘ ਪੰਨੂ ਸਾਡੇ ਨਾਲ ਜੁੜ ਗਏ ਸੀ, ਉਦੋਂ ਬਾਅਦ ਡਾਕਟਰ ਅਸ਼ਪਾਲ ਸਿੰਘ ਬਾਜਵਾ ਸ਼ਿਕਾਗੋ ਤੋਂ ਇਹ ਸਾਡੇ ਨਾਲ ਗਾਹਿਬ ਗਾਹਿ ਜੁੜਦੇ ਰਹਿੰਦੇ, ਧੰਨਵਾਦ ਉਹਨਾਂ ਦਾ। ਡਾਕਟਰ ਸਾਹਿਬ ਲਾਸਟ ਆਪਣੇ ਕੋਲ ਸਿਰਫ 3-4 ਮਿੰਟ ਹੀ ਨੇ, ਤੁਸੀਂ ਦੇਖੋ ਤੁਸੀਂ ਬਹੁਤ ਗੱਲਾਂ ਕਰ ਲਈਆਂ ਇਸ ਬਾਰੇ, ਪਰ ਕੁੱਤੇ ਦਾ ਕੰਮ ਹੁੰਦਾ ਭੌਂਕਣਾ, ਚੋਰ ਆਵੇ ਸਾਧ ਆਵੇ, ਸਾਡਾ ਕੰਮ ਹੈ ਕਿ ਅਸੀਂ ਸੱਚਾਈ ਲਈ ਕਹਿੰਦੇ ਰਹਾਂਗੇ ਇਸ ਮੰਚ ਤੋਂ। ਤੁਸੀਂ ਬਹੁਤ ਹੀ ਸੋਹਣਾ ਸ਼ਲਾਘਾਯੋਗ ਕਦਮ ਚੱਕਿਆ, ਚਿੱਠੀ ਲਿਖ ਕੇ ਮਾਣਯੋਗ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ 1 ਕਰੋੜ ਰੁਪਇਆ ਦਿੱਤਾ ਜਾਵੇ ਜੇ ਡਾਕਟਰ ਇਸ ਦੁਨੀਆ ਤੋਂ ਚਲਾ ਜਾਂਦਾ ਲਾਈਨ ਆਫ ਡਿਊਟੀ 'ਤੇ, ਅਤੇ ਉਸ ਤੋਂ ਬਾਅਦ ਜੋ ਹੈ ਕੋਈ ਨੌਕਰੀ ਦਿੱਤੀ ਜਾਵੇ। ਬਹੁਤ ਸੋਹਣੇ ਹੋਰ ਮੁੱਦੇ ਸੀ ਤੁਹਾਡੇ ਕੋਲ, ਕੀ ਕੋਈ ਰਿਪਲਾਈ ਆਇਆ ਜੀ ਉਸ ਚੀਜ਼ ਦਾ ਹਾਲੇ ਤੱਕ? ਜੀ ਬਿਲਕੁਲ, ਮੈਨੂੰ ਰਿਪਲਾਈ ਇੱਕ ਟੇਢੇ ਜਿਹੇ ਤਰੀਕੇ ਰਾਹੀਂ ਕਿਸੇ ਰਾਹੀਂ ਪਹੁੰਚਿਆ ਕਿ ਮੂੰਹ ਬੰਦ ਕਰ ਲਓ, ਨਹੀਂ ਤਾਂ ਫਿਰ ਕੁਝ ਵੀ ਮਾੜਾ ਹੋ ਸਕਦਾ। ਬਹੁਤ ਧੰਨਵਾਦ। ਪਰ ਜਿਵੇਂ ਜੋ ਸ਼ਬਦ ਤੁਸੀਂ ਵਰਤੇ ਉਹੀ ਗੱਲ ਹੈ ਕਿ ਜਦੋਂ ਜੰਗਲ 'ਚ ਅੱਗ ਲੱਗੀ ਹੋਵੇ ਤਾਂ ਚਿੜੀ ਦਾ ਕੰਮ ਹੈ ਕਿ ਪਾਣੀ ਭਾਵੇਂ ਥੋੜਾ ਵੀ ਹੋਵੇ ਬੁਝਾਉਣ ਲਈ ਜੇ ਜਾ ਰਹੀ ਹੈ ਤਾਂ ਕੋਸ਼ਿਸ਼ ਉਹਨੇ ਬੁਝਾਉਣ ਵਿੱਚ ਕੀਤੀ ਜ਼ਰੂਰ ਸੀ, ਭਾਵੇਂ ਆਪ ਸ਼ਹੀਦ ਹੋ ਗਈ ਹੋਵੇ। ਸੋ ਮੇਰਾ ਮਕਸਦ ਇਹੋ ਹੈ ਕਿ ਨੌਜਵਾਨ ਬੱਚੇ ਡਾਕਟਰ ਨਹੀਂ ਬਣ ਰਹੇ, ਸੀਟਾਂ ਖਾਲੀ ਜਾ ਰਹੀਆਂ ਨੇ, ਬਗੈਰ ਡਾਕਟਰਾਂ ਦੇ ਜੰਗ ਨਹੀਂ ਜਿੱਤੀ ਜਾ ਸਕਦੀ। ਨੌਜਵਾਨ ਬੱਚੇ ਜਿਹੜੇ ਤੁਰ ਗਏ ਨੇ ਉਹਨਾਂ ਦੇ ਮਾਪੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਕਿਉਂਕਿ ਉਹਨਾਂ ਨੇ ਲੋਨ ਲੈ ਲੈ ਕੇ ਆਪਣੇ ਬੱਚੇ ਪੜ੍ਹਾਏ ਸੀ ਕਰੋੜਾਂ। ਸੋ ਮੈਂ ਇੰਨੀ ਹੀ ਮੰਗ ਕੀਤੀ ਹੈ ਉਹਨਾਂ ਨੂੰ, 1 ਕਰੋੜ ਦਾ ਖਰਚਾ ਘੱਟੋ ਘੱਟ ਉਹਨਾਂ ਨੂੰ ਦਿੱਤਾ ਜਾਏ, ਇਹ ਜਿਹੜੇ ਔਨ ਡਿਊਟੀ ਗਏ ਨੇ ਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਤਾਂ ਕਿ ਨੌਜਵਾਨ ਬੱਚੇ ਹੋਰ ਖਿੱਚੇ ਜਾਣ ਇਸ ਪੇਸ਼ੇ ਵੱਲ ਆਉਣ, ਨਾ ਕਿ ਸੀਟਾਂ ਖਾਲੀ ਜਾਣੀ ਹੋ ਜਾਣ। ਪਰ ਉਹਦਾ ਜਵਾਬ ਕੋਈ ਵੀ ਨਹੀਂ ਆਇਆ ਜੀ। ਸੌਰੀ ਟੂ ਹੇਅਰ ਦਿਸ ਡਾਕਟਰ ਸਾਹਿਬ। ਡਾਕਟਰ ਸਾਹਿਬ ਮੇਰੇ ਕੋ ਨਾ ਮੇਰੇ ਕੋ ਕੁਸ਼ਚਨ ਇੰਨੇ ਨੇ, ਖਾਸ ਕਰਕੇ ਤੁਹਾਡੀ ਜਿੱਥੋਂ ਦੀ ਤੁਹਾਡੀ ਸਪੈਸ਼ਲਿਟੀ ਹੈ, ਮੈਂ ਤੁਹਾਡੇ ਕੋਲ ਕੁਸ਼ਚਨ ਹੰਗਰ ਇੰਡੈਕਸ 'ਤੇ ਪੁੱਛਣਾ ਚਾਹੁੰਦਾ, ਮੈਂ ਤੁਹਾਡੇ ਕੋਲ ਜਿਹੜੇ ਬੱਚਿਆਂ ਦੇ ਕੁਪੋਸ਼ਣ ਦਾ ਇਸ਼ੂ ਹੈ ਉਹ 'ਤੇ ਪੁੱਛਣਾ ਚਾਹੁੰਦਾ, ਨਾਰੀ ਅੱਤਿਆਚਾਰ 'ਤੇ, ਡਾਊਰੀ ਇਸ਼ੂ 'ਤੇ, ਅਤੇ ਉਸ ਤੋਂ ਬਾਅਦ ਜਿਹੜੀਆਂ ਯੰਗ ਕੁੜੀਆਂ, ਆਪਾਂ ਮੁੰਡਿਆਂ ਨੂੰ ਇੱਕ ਵਾਰ ਛੱਡ ਦਾਂਗੇ ਸਿਰਫ ਤੁਹਾਡੇ ਕੋਲ, ਮੈਂ ਯੰਗ ਕੁੜੀਆਂ ਦਾ ਜਿਹੜਾ ਡਰੱਗਸ ਵੱਲ ਧਿਆਨ ਹੱਦ ਤੋਂ ਜ਼ਿਆਦਾ ਜਾ ਰਿਹਾ, ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਡਾਕਟਰ ਸਾਹਿਬ ਤੁਸੀਂ ਟਾਈਮ ਕੱਢਿਆ, ਮੈਂ ਤੁਹਾਨੂੰ ਫਿਰ ਤਕਲੀਫ ਦਊਂਗਾ ਅਗਲੇ ਹਫ਼ਤੇ ਜਾਂ ਅਗਲੇ ਹਫ਼ਤੇ। ਕਿਹਾ ਕਰਿਓ, ਤੁਹਾਨੂੰ ਕੱਟ ਕੇ ਜਾਂਦੇ ਜਾਂਦੇ ਇੱਕ ਜ਼ਰੂਰ ਕਹਿਣਾ ਚਾਹੁੰਦੀ ਹਾਂ, ਦੇਖੋ ਇੱਕ ਲੱਕੜ ਸੌਖਿਆਂ ਟੁੱਟ ਜਾਂਦੀ ਹੈ, ਹਾਂਜੀ, ਇਕੱਠਾ ਨਹੀਂ ਤੋੜਿਆ ਜਾ ਸਕਦਾ ਜੀ। ਲਾਲ ਜੀ ਤੁਹਾਡੇ 'ਚ ਦਮ ਹੈ, ਤੁਹਾਨੂੰ ਦੇਖਣ ਵਾਲੇ ਕਰੋੜਾਂ ਨੇ। ਸੋ ਮੇਰੀ ਬੇਨਤੀ ਤੁਹਾਡੇ ਰਾਹੀਂ ਇਹੀ ਰਹੇਗੀ ਕਿ ਲੋਕਾਂ ਨੂੰ ਕਹੋ ਇਹ ਆਵਾਜ਼ ਬਣੋ, ਇੱਕ ਦੂਜੇ ਦੀਆਂ ਬਾਹਾਂ ਬਣੀਏ ਤਾਂ ਆਪਾਂ ਬਹੁਤ ਸਾਰੀਆਂ ਤਬਦੀਲੀਆਂ ਲਿਆ ਸਕਾਂਗੇ ਜੀ। ਜੀ ਜੀ ਬਿਲਕੁਲ ਜੀ, ਅਸੀਂ ਆਵਾਜ਼ ਉਠਾਉਂਦੇ ਰਵਾਂਗੇ, ਅਗਲੇ ਹਫ਼ਤੇ ਫਿਰ ਤੋਂ ਲਵਾਂਗੇ ਇਸ ਮੰਚ ਤੋਂ, ਅਸੀਂ ਆਵਾਜ਼ ਉਠਾਉਂਦੇ ਰਵਾਂਗੇ ਕਿ ਇਕੱਠੇ ਹੋ ਕੇ ਜੋ ਮਹਾਂਮਾਰੀ ਹੈ, ਜੋ ਆਪਦਾ ਆਪਣੇ ਦੇ ਪਈ, ਆਪਾਂ ਇਕੱਠੇ ਹੋ ਕੇ ਲੜੀਏ, ਔਰ ਜੇ ਕੋਈ ਦੁਨੀਆ ਤੋਂ ਚਲਾ ਜਾਂਦਾ ਉਹਦੀ ਮਿੱਟੀ ਚੰਗੀ ਤਰ੍ਹਾਂ ਸੰਭਾਲੀ ਜਾਵੇ। ਡਾਕਟਰ ਸਾਹਿਬ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਦਾ ਪੂਰਾ ਖਿਆਲ ਰੱਖਣਾ, ਅਸੀਂ ਅਰਦਾਸ ਕਰਦੇ ਹਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਸਦਾ ਚੜ੍ਹਦੀ ਕਲਾ 'ਚ ਰਹੇ, ਆਪਾਂ ਮਿਲਦੇ ਹਾਂ ਫਿਰ ਕਿਸੇ ਦਿਨ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਥੈਂਕ ਯੂ। ਦਰਸ਼ਕੋ, ਇਹ ਸਨ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਸਾਡੇ ਨਾਲ ਪਟਿਆਲੇ ਤੋਂ ਜੁੜੇ ਹੋਏ ਸਨ। ਜੇ ਤੁਸੀਂ ਇਹਨਾਂ ਦੇ ਪਤੀ ਸਾਹਿਬ, ਉਹਨਾਂ ਦੇ ਪਾਪਾ ਜਾਂ ਉਹਨਾਂ ਦੇ ਗ੍ਰੈਂਡਫਾਦਰ ਦੀਆਂ ਬੁੱਕਸ ਪੜ੍ਹੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਬੈਕਗਰਾਊਂਡ ਹੈ ਇਹਨਾਂ ਦਾ, ਡਾਕਟਰ ਹਰਸ਼ਿੰਦਰ ਕੌਰ ਜੀ ਦਾ। ਔਰ ਮੈਂ ਬੜਾ ਇਹਨਾਂ ਤੋਂ ਮਾਫ਼ੀ ਮੰਗੀ ਸੀ ਕਿ ਪਿਛਲੀ ਵਾਰ ਕੈਲੀਫੋਰਨੀਆ ਆਇਆ, ਮੈਂ ਇਹਨਾਂ ਨੂੰ ਮਿਲ ਨਹੀਂ ਸਕਿਆ ਕਿਸੇ ਕਾਰਨਾਂ ਕਰਕੇ। ਬਹੁਤ ਅੱਛਾ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤਾ ਸਾਰੀਆਂ ਚੀਜ਼ਾਂ 'ਤੇ, ਪਰ ਹਾਲੇ ਵੀ ਉਹ ਟਾਈਮ ਦੀ ਘਾਟ ਕਰਕੇ ਜਿਹੜਾ ਇੱਥੋਂ NRIs ਵੱਲੋਂ ਫੰਡ ਜਾ ਰਿਹਾ ਉਹ ਸਹੀ ਜਗ੍ਹਾ 'ਤੇ ਨਹੀਂ ਲੱਗ ਰਿਹਾ, ਉਹਨੂੰ ਕਲੈਰੀਫਾਈ ਉਹ ਨਹੀਂ ਕਰ ਸਕੇ ਕਿਉਂਕਿ ਬਹੁਤ ਜ਼ਿਆਦਾ ਕਾਲਰ 'ਤੇ ਕੁਐਸਚਨਸ ਆ ਗਏ ਸੀਗੇ। ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਆਪਾਂ ਸੱਚਾਈ ਲਈ ਲੜਦੇ ਰਵਾਂਗੇ, ਫਿਰ ਕਿਸੇ ਦਿਨ ਉਹਨਾਂ ਨੂੰ ਇਸ ਮੰਚ 'ਤੇ ਲੈ ਕੇ ਆਵਾਂਗੇ। ਤੁਸੀਂ ਆਪਦੇ ਸੁਝਾਅ, ਆਪਦੇ ਕੁਐਸਚਨ, ਆਪਦੇ ਕੋਡ ਰੱਖ ਕੇ ਸਾਨੂੰ ਭੇਜ ਸਕਦੇ ਹੋ info@justbroadcasting.com 'ਤੇ, ਅਤੇ ਜੇ ਹੋਰ ਕੋਈ ਕੁਐਸਚਨ ਹੈ ਤੁਸੀਂ ਸਾਡੇ ਲਾਈਵ ਸ਼ੋਅ 'ਤੇ ਵੀ ਕਾਲ ਕਰ ਸਕਦੇ ਹੋ। ਦਰਸ਼ਕੋ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਅੱਜ ਦਾ ਸ਼ੋਅ ਇੱਥੇ ਤੱਕ ਸੀ, ਕੱਲ੍ਹ ਕਿਸੇ ਹੋਰ ਮਹਿਮਾਨ ਨਾਲ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।